ਹਲੋ ਮੋਬੇਦ ਐਡਾ ਭੋੜਾ ਹੋਵੇ ਉਹਨਾਂ ਨੂੰ ਇਨਾ ਪਤਾ ਵੀ ਲਾ ਇਲਾ ਇਲਾ ਹੀ ਹੈ ਅੱਜ ਸਾਡੀਆਂ ਸਰਕਾਰਾਂ ਨੂੰ ਕੀ ਤਕਲੀਫ ਹੈ ਅੱਜ ਸਾਡੀਆਂ ਸਰਕਾਰਾਂ ਲਾ ਇਲਾ ਇਲਾ ਕਿਉਂ ਨਹੀਂ ਪੜਦੀਆਂ ਪਈਆਂ ਕੀ ਹੋ ਜਾਈ ਇਸਾਈ ਲਾ ਇਲਾ ਇਲਾ ਪੜਦੇ ਪਹਿਲੇ ਅੱਜ ਸਾਡੀਆਂ ਸਰਕਾਰਾਂ ਦਾ ਲਾ ਇਲਾ ਇਲਾ ਵੀ ਹੋ ਜਾਈ ਸਰਕਾਰਾਂ ਦੇ ਬੜੀਆਂ ਪਹੁੰਚੀਆਂ ਆਈਆਂ ਨੇ ਨਜ਼ਰਾਂ ਨੇ ਆ ਰਹੇ ਨੇ ਮਾਲ ਆ ਰਹਿਆ ਨਾ ਮੌਲਵੀ ਸਾਹਿਬ ਦੀਆਂ ਗਲੀਆਂ ਚ ਟੋਰਾ ਹੀ ਹੋਰ ਨੇ ਰੰਗਣਾ ਹੀ ਹੋ ਰਿਹਾ ਬਈ ਲੋਕੀ ਸਲਾਮਾ ਕਰ ਰਹੇ ਨੇ ਮੌਲਵੀ ਦਾ ਇਹ ਵੇਖ ਲਓ ਪੀਰਾਂ ਫਕੀਰਾਂ ਦੀ ਨਜ਼ਰ ਹੁੰਦੀ ਹੈ ਭਾਈ ਆ ਬੰਦਾ ਮੇਰੇ ਨਾਲ ਕਿਵੇਂ ਮੇਰੇ ਗੋਡਿਆਂ 'ਤੇ ਲਾਇਆ ਚ ਨਹੀਂ ਲਾਇਆ ਸਰ ਆ ਇਹਨਾਂ ਦੀ ਔਕ ਅੱਛਾ ਸੇਲੇ ਤੋਲ ਕੇ ਵੀ ਲੱਭ ਜਾਂਦੇ ਨੇ ਰੱਬ ਡੂਢ ਸੌ ਦੀ ਧੜੀ ਹਾਂ ਬਧਾਰ ਨੇ ਭਾਈ ਸਾਹਿਬ ਮਿੱਟੀ ਗੋਣ ਕੇ ਉਹਨੂੰ ਪਕਾਉਣਾ ਹੀ ਹੈ ਨਾ ਜਿਹੜਾ ਬੰਦਾ ਆਪਦੇ ਰੱਬ ਦੇ ਨੱਕ ਬਣਾਉਂਦਾ ਪਿਆ ਕੰਨ ਬਣਾਉਂਦਾ ਪਿਆ ਬੁੱਲ ਬਣਾਉਂਦਾ ਪਿਆ ਉਹਦੇ ਅੱਠ ਦਾ ਹੱਥ ਬਣਾਈ ਜਾਂਦਾ ਯਾਰ ਉਹਨੇ ਸ਼ਰਮ ਕੋਈ ਨਹੀਂ ਆਉਂਦੀ ਤੇਰੀਆਂ ਦੇ ਕੀ ਰੰਗ ਕਾਲਾ ਸ਼ਾ ਰੰਗ ਇਹ ਯੂ ਜੀ ਸਕਲਾ ਨੇ ਲੱਭ ਕੇ ਤੋ ਜਾਂਦੀਆਂ ਨੇ ਮੈਡੀਟੇਸ਼ਨ ਅਸੀਂ ਕਰਦੇ ਪਿਆ ਕੀ ਕਰਦੇ ਪਿਆ ਮੈਡੀਟੇਸ਼ਨ ਮੈਡੀਟੇਸ਼ਨ ਕੀ ਹੁੰਦੀ ਹੈ ਮੈਡੀਟੇਸ਼ਨ ਹੁੰਦਾ ਮੁਰਾਕਬਾ ਤੁਸੀਂ ਮੁਰਾਕਬੇ ਦੇ ਵਿੱਚ ਤਾਂ ਉਹ ਅੱਲਾ ਦਾ ਚੱਕਾ ਕਿਤੇ ਰੱਖਣਾ ਤੇ ਅੱਲਾਹ ਪਾਕ ਨੂੰ ਕੀ ਜ਼ਰੂਰਤ ਹੈ ਜੇ ਅੱਲਾਹ ਪਾਕ ਐਵੇਂ ਕਰਨਾ ਹੁੰਦਾ ਲੋਕਾਂ ਦੇ ਦਿਮਾਗ ਵਿੱਚ ਆਉਣਾ ਹੁੰਦਾ ਜ਼ਮੀਨ ਤੇ ਆਉਣਾ ਹੁੰਦਾ ਤੇ ਦੱਸਾਂ ਮੈਂ ਜ਼ਮੀਨ ਤੇ ਹੁੰਦਾ ਪਿਆ ਕਦੇ ਕਿਸੇ ਨਬੀ ਨੇ ਆਖਿਆ ਵੀ ਅੱਲਾਹ ਪਾਕ ਦੀ ਆ ਸ਼ਕਲ ਜੇ ਇਸ ਤਰ੍ਹਾਂ ਦੀ ਜ਼ਾਤ ਜੇ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਪੰਗਾ ਹੈ ਪੰਗਾ ਮੁਰਾਕਬਾ ਕੀ ਹੈ ਮੁਰਾਕਬਾ ਪੰਗਾ ਹੈ ਮੁਰਾਕਬਾ ਦੀਨ ਨੂੰ ਖਤਮ ਕਰਨ ਦਾ ਨਾਮ ਹੈ ਅੱਛਾ ਮੁਰਾਕਬੇ ਵਿੱਚ ਕੀ ਹੈ ਕਿ ਮੇਰੀ ਸੋਲ ਜਾ ਕੇ ਮੇਰੀ ਸੋਲ ਕੀ ਹੈ ਮੇਰੀ ਰੂਹ ਜਾ ਕੇ ਅੱਲਾਹ ਦੀ ਸੋਲ ਦੇ ਵਿੱਚ ਮਰਜ ਹੋ ਜਾਂਦੀ ਹੈ ਫਿਰ ਅੱਲਾਹ ਪਾਕ ਦੀਆਂ ਸ਼ਕਲਾਂ ਬਣਾਉਣ ਦੇ ਜ਼ਿੰਦ ਦੇ ਵਿੱਚ ਉਸੀ ਤਰ੍ਹਾਂ ਜਦੋਂ ਤੁਸੀਂ ਪੰਗੇ ਸ਼ੈਤਾਨਾਂ ਨਾਲ ਲੈਣੇ ਨੇ ਤਾਂ ਸ਼ੈਤਾਨ ਨੇ ਤਾਂ ਆਉਣਾ ਹੈ ਕਦੇ ਕਿਸੇ ਸ਼ਕਲ ਵਿੱਚ ਆਏਗਾ ਡਰਾਉਣੀ ਆ ਉਹ ਸਮਝੇਗਾ ਆਇਆ ਗਿਆ ਰਬ ਮੈਂ ਜਿਹੜੀ ਜਗ੍ਹਾ 'ਚ ਕਦੇ ਖਾਬ ਵਿੱਚ ਆ ਜਾਏਗਾ ਉਹ ਉਸੇ ਤਰ੍ਹਾਂ ਦੀ ਪੇਂਟਿੰਗ ਬਣਾ ਦਿੱਤੀ ਤੇ ਲੋਕ ਤਾਂ ਐਸੇ ਆਏ ਹੁਣ ਸਾਡੇ ਅੰਨੇ ਪਤਾ ਕਬਰਾਂ ਦੇ ਪੱਲੇ ਕੀ ਹੁੰਦਾ ਕੁਝ ਹੁੰਦਾ ਹੈ ਭਾਈ ਜੀ ਉਹਨਾਂ ਦੀਆਂ ਵੀ ਕਿਤਾਬਾਂ ਜਿਹੜੀਆਂ دینی ਕਿਤਾਬਾਂ ਨੇ ਨਾ ਉਹਨਾਂ ਵਿੱਚ ਕੀ ਲਿਖਿਆ ਅੱਲਾਹ ਦੀ ਪੇਂਟਿੰਗ ਕੋਈ ਨਹੀਂ ਅੱਲਾਹ ਦਾ ਸਟੈਚੂ ਕੋਈ ਨਹੀਂ ਅੱਲਾਹ ਦੀ ਮੂਰਤੀ ਕੋਈ ਨਹੀਂ ਉਹਨਾਂ ਨੇ ਇੱਕ ਤਾਂ ਕੰਮ ਸ਼ੁਰੂ ਹੋਇਆ ਉਹ ਨਿਆੜੇ ਪੈ ਗਈ ਦੂਜਿਆਂ ਆਖਿਆ ਚਲੋ ਸ਼ੁਰੂ ਕਰੋ ਆ ਜਾ ਤਾਂ ਇੰਦੀ ਤਾਂ ਰੋਟੀ ਪ ਕਮਰ ਦਾ ਦੇਖ ਲੋ ਇਹਨੇ 250000 ਰੁਪਏ ਲਿਆਂਦਾ ਹੈ ਤੇ ਉਹਦੀ ਪੂਜਾ ਹੋ ਰਹੀ ਤੇ ਮੈਂ ਕਿਉਂ ਨਾ 500 ਤਾਂ ਲਿਆਵਾਂ ਉਹ ਵੇਖਦੇ 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 ਹੁਣ ਉਹ ਕਾਦਾ ਵਰ ਬੁੱਤ ਬਣ ਗਿਆ ਯਹੂਦੀਆਂ ਨੇ ਆਪਦੇ ਕਬਰਾਂ ਸਜਾ ਲਈਆਂ ਇਸਾਈਆਂ ਨੇ ਕਬਰਾਂ ਸਜਾ ਲਈਆਂ ਤੇ ਮੁਸਲਮਾਨ ਵਿਚਾਰੇ ਪਿਛੜਾ ਗਏ ਓਏ ਨਾ ਕਬਰਾਂ ਤੇ ਪੁੱਲ ਸਰਾਤ ਬਣਾ ਦਿੱਤੇ ਹੁਣ ਮੌਲਵੀ ਵੀ ਸਾਹਿਬ ਇਕੱਠੇ ਹੁੰਦੇ ਨੇ ਸਾਰੇ ਅੱਜ ਮੈਨੂੰ ਕੋਈ ਦੋਸਤ ਦੱਸਦਾ ਪਿਆ ਸ਼ੀਆ ਕਹਿੰਦੀ ਇਕੱਠਿਆਂ ਤੇ ਸੁੰਨੀ ਇਕੱਠਿਆਂ ਆਂਦੇ ਉਹ ਬੰਦੇ ਬਰੇਲ ਵੀ ਸਾਰੇ ਜਿਹੜਾ ਸ਼ਿਰਕ ਕਰਦਾ ਪਿਆ ਤੁਸੀਂ ਅੱਜ ਤੋਂ ਬਾਕਪਾਕਿਸਤਾਨ ਕਿਸੇ ਨੂੰ ਸ਼ਿਰਕ ਨਾ ਸ਼ਿਰਕ ਰਿਹਾ ਹੱਦਾ ਖਤਮ ਕਰ ਅਸਨ ਆਦੀ ਜਿਹੜੀ ਹੱਦ ਹੈ ਨਾ ਖਤਮ ਕਰ ਦਿਓ ਜ਼ਾਨੀ ਨੂੰ ਜ਼ਾਨੀ ਆਖਣਾ ਬੰਦ ਕਰ ਦਿਓ ਚੋਰ ਨੂੰ ਚੋਰ ਆਖਣਾ ਬੰਦ ਕਰ ਦਿਓ ਉਸ ਜਿਹੜਾ ਲਹਿੰ ਜਿਹੜਾ ਸ਼ਰਕ ਮੁਸਲਮਾਨਾਂ 'ਚ ਫੈਲਾਈ ਰਿਹਾ ਉਹ ਲਹਿੰ ਆਬਿਲਾ ਤੇ ਤੂਬਾਦ ਨਾ ਜਾਵੇ ਕਿ ਅਸੀਂ ਆਪਦਾ ਇਮਾਨ ਛੱਡ ਦੇਈਏ ਯਾਹਲਾ ਅਜੀਬ ਤਮਾਸ਼ਾ ਬਣ ਗਿਆ ਕੋਈ ਹੱਕ ਦੀ ਸਦਾ ਹੀ ਨਾ ਬੰਦ ਕਰੇ ਤੁਹਾਡੀਆਂ ਤਲਵਾਰਾਂ ਜ਼ਬਾਨਾਂ ਤੇ ਗਈਆਂ ਤੇਜ਼ੋ ਅਗਲੀਆਂ ਨੇ ਤੇ ਅੱਜ ਇਹਨਾਂ ਨੇ ਪੜੋਣਾ ਉਹ ਹੁਣ ਇਕੱਠੇ ਬਹਿ ਕੇ ਵੀ ਨਹੀਂ ਆਪਾਂ ਕਬਰਾਂ ਕੋਲੀ ਛੜਨੀਆਂ ਤੁਸੀਂ ਲੋਕਾਂ ਨੇ ਜ਼ੋਰ ਦਿਓ মুশਰਕ ਦੀ ਆਵਾਜ਼ ਬੁਲੰਦ ਕਰਨੀ ਬੰਦ ਕਰ ਦੇ ਮੁਸ਼ਰਕ ਨਾ ਆਖਿਆ ਕਰ ਕਬਰਾਂ ਨੂੰ ਆਪਾਂ ਜੰਮੇ ਤਾ ਸੇਹਿਆ ਤੁਸੀਂ ਕੀ ਤਮਾਸ਼ਾ ਬਣਾ ਲਿਆ ਹੈ ਜਿੰਦਾ ਕੋ ਵਡੇਰਾ ਮਰਦਾ ਹੈ ਉਹ ਪੂਰ ਕੇ ਦੋ ਆਗਦਾ ਬਈ ਹੱਥੋਂ ਭਵੇਂ ਲੱਗਿਆ ਕਨਾਂਤ ਦੇ ਵਿੱਚ ਸਾਰੇ ਟਿੱਕੇ ਸਜਾਏ ਹੋਏ ਨੇ ਨਾ ਕੋਈ ਸ਼ਿਰਕ ਦੇ ਟਿੱਕੇ ਮੌਨਾਕਤ ਦੇ ਟਿੱਕੇ ਹੰਜੀ ਵਿਦਾਨ ਦੇ ਟਿੱਕੇ ਹੁਣ ਇਹ ਇੱਕ ਇਹੋ ਜਿਹਾ ਵੀ ਟਿੱਕਾ ਲੈ ਲੋ ਨਾਲ ਕੋਈ ਸਾਈਡ ਤੋਂ ਆ ਕੇ ਗੱਲ ਕਰਦਾ ਹੈ ਨਾ ਮਲਵਈਆ ਵਾ ਦੁੱਖ ਕੀਤੀ ਜਾਂਦੇ ਹੋ ਕੌਮ ਨਾ ਪੜਿਆ ਨਹੀਂ ਹੋ ਜਾਂਦੀ ਇੰਨੀ ਡਿਗਰੀ ਨਹੀਂ ਐ ਇੰਨੀ ਐ ਇੰਨੀ ਐ ਇਹ ਜਿਹੜੀ ਡਿਗਰੀ ਹੁੰਦੀ ਹੈ ਨਾ ਇਹਨਾਂ ਦੀ ਡਿਗਰੀ ਉਹ ਅਸਲ ਦੀਨ ਬਦਲਣ ਦੀ ਡਿਗਰੀ ਹੁੰਦੀ ਹੈ ਇਹਨਾਂ ਦੀਆਂ ਬਾਤਾਂ ਤਸੀਰਾਂ ਐਸੀਆਂ ਨੇ ਮਾਲਕ ਮੇਰਾ ਮਾਫ ਕਰੇ ਇਹ ਇੰਜ ਮਲੂਮ ਹੁੰਦਾ ਕਿ ਪਤਾ ਨਹੀਂ ਇਹ ਕੋਈ اسلام ਨਾਲ ਦੁਸ਼ਮਣੀ ਤੇ ਫੈਰ ਕਮਾਇਆ ਜਾ ਰਿਹਾ ਹੁਣ ਆਵਾਮ ਵਿਚਾਰੀਂ ਦਾ ਪਤਾ ਨਹੀਂ ਹੁੰਦਾ ਨਾ ਕੀ ਹੱਥ ਹੁੰਦਾ ਗਿਆ ਆਵਾਮ ਨੇ ਤੈਹੀਓ ਹੀ ਆਖਣਾ ਯਾਰ ਇਹ ਅੱਠੇ ਟਾਈਮ ਨੂੰ ਕਿਸ ਦਿਨ ਤਸਬੀਹਾਂ ਤੇ ਚੁੰਦੀ ਹੈ ਸਰਕਾਰ ਦੇ ਨਜ਼ਰਾਂ ਥੱਲੇ ਹੁੰਦੀਆਂ ਨੇ ਹੁਣ ਵੇਖੋ ਡਰਾਮੇ ਇਹਨਾਂ ਦੇ ਵੇਖੋ ਅਖੇ ਜੀ ਮੈਂ ਸੂਫੀ ਇਜ਼ਮ ਦਾ ਕਾਹਿਲਾ ਮੈਂ ਬਹੁਤ ਵੱਡਾ ਸੂਫੀ ਹਾਂ ਤਕਬਰ ਤੇ ਤਰਾਏ ਕਿਤਾਬਾਂ ਲਿਖੀਆਂ ਹੋਣ ਸਨ ਓ ਬਾਈ ਹਟ ਹੁੰਦਾ ਤੇ ਤੇਰਾ ਤਕਬਰ ਤੇ ਵਿੱਚ ਤੇਰੇ ਕੁਰਾਨ ਦੀ ਬਾਤ ਨਹੀਂ ਕਬੂਲ ਕਰਨ ਵਾਸਤੇ ਤਿਆਰ ਨਹੀਂ ਹੋ ਕੁਰਾਨ ਆਖਦਾ ਬੇ ਇਸ ਕਾਨਾਤ ਦੇ ਨਿਜ਼ਾਮ ਵਿੱਚ ਉਹ ਤਾਂ Sufi ਸਾਹਿਬ ਤੁਸੀਂ ਮੰਨਣ ਵਾਸਤੇ ਤਿਆਰ ਨਹੀਂ ਹੋ। تکبر ਤੇ ਤੁਸੀਂ ਤਰਜਦਾ ਬਾਲਕ ਦੀਦਿਆਂ ਨੇ। ਤੈਨੂੰ ਮੌਲਵੀ ਸਾਹਿਬ, ਤੈਨੂੰ Sufi ਸਾਹਿਬ ਦਾ ਕਬਰ ਦਾ ਪਤਾ ਕੀ ਲਗਿਆ? ਸਾਡਾ ਫੇਰਾ ਫਲਾਣਾ ਮੌਲਵੀ ਵੀ ਕਾਫਰ। ਸਾਡਾ ਫਲਾਣਾ ਮੌਲਵੀ ਵੀ ਮਰਤਾਦ। ਓਏ ਇਹਨਾਂ ਦੇ ਕਾਫਰ ਦੇ ਵਿੱਚ ਕੁਰਾਨ ਐ ਇਜ਼ਾਫਾ ਹੀ ਕਰਤੀ। ਇਹ ਤਾਂ ਆਖ ਦੇਣਾ ਕਿ ਅਸੀਂ ਬੜੇ ਰਹਿਬਾਨ ਆ ਤੇ ਬੜੀਆਂ ਹਸਤੀਆਂ ਆ। ਇਹ ਕੁਰਾਨ ਨੂੰ ਹੱਕ ਨੂੰ ਪੜ੍ਹ ਕੇ ਕੀ ਹਸੀਂ? ਇਹਨਾਂ ਦਾ ਅੰਦਰ ਸੜਨ ਲੱਗ ਜਾਂਦਾ ਸੀਗਾ। ਕਬਰਾਂ ਵਾਲਿਆਂ ਕੋਲ ਸੈਂਟ ਕੋਲ ਕੀ ਹੁੰਦਾ ਐ? ਵਲੀ ਕੋਲ ਕੀ ਹੁੰਦਾ ਐ? ਇੱਕ ਇਖਤਿਆਰ ਹੁੰਦਾ। ਸਿੱਧਕ ਕੋਲ ਕੀ ਹੁੰਦਾ ਐ? ਇਖਤਿਆਰ ਹੁੰਦਾ। ਕਨਾਤ ਦੇ ਵਿੱਚ ਦਖਿਲ ਹੋ ਸਕਦੇ ਨੇ ਤੇ ਮੁਸਲਮਾਨਾਂ ਦੇ ਤਾਂ ਪੂਰੀ ਲੜੀ ਹੈ ਬਲੀ ਨੁਜਬਾ ਨੁਕਬਾ ਸੌ ਵਾਰੀ ਮੰਗਣਾ ਹੈ ਨੇ 우ਮਨ ਦਬਦਾਲ ਕਤਬ ਗੌਸ ਮੁਸਲਮਾਨ ਪਰਵਾਨਾ ਲਈ ਫਿਰਦੇ ਜੇ ਇਹਨਾਂ ਨੇ ਤਾਂ ਇਸ਼ਤਿਹਾਮ ਹੈ ਜੇ ਵੇਚਣ ਅਜਤੁ ਜਿਹੜੇ ਮਰਜ਼ੀ ਪੀਰ ਕੋਲ ਲਖਾ ਲਓ ਯਾਰ ਮਾੜਾ ਜਿਹਾ ਇਸ਼ਤਿਹਾਮ ਕਰ ਦੇਮੀ ਯਾਰ ਇੱਕ ਸਰਕਾਰ ਮੈਨੂੰ ਆਖਣ ਲੱਗੀ ਯਾਰ ਤੁਸੀਂ ਮੇਰਾ ਧਿਆਨ ਨਹੀਂ ਰੱਖਦੇ ਹੋ ਆਖਰਤ ਦੇ ਵਿੱਚ ਤਾਂ ਫਿਰ ਫੈਸਲਾ ਸਾਡੇ ਹੱਥੇ ਚ ਹੀ ਹੋਣਾ ਮੈਂ ਕਿਹਾ ਮਾਰ ਗਤੋਈ ਆ ਮੌਲਵੀ ਤਾਰਿਕ ਜਮੀਲ ਸਾਹਿਬ ਗਿਆ ਖਲੋ ਤੇ ਉੱਥੇ ਜਿੰਮੀ ਪਾ ਕੇ ਨਾ ਤੇ ਪਾਲਕੀ ਤੇ ਜਾ ਕੇ ਤੇ ਉੱਥੇ ਲੰਗਰ ਖਾਂਦੇ ਪੈਣ ਜਿਨ੍ਹਾਂ ਨੇ دین ਉਹ ਬਾਲਗਿਆਂ ਨੂੰ ਮੋੜੇ ਦਿੰਦੇ ਫਿਰਦੇ ਜੇ ਉਹਨਾਂ ਦੇ ਕੋਲ ਉਹ ਚਾਦਰਾਂ ਚੜਾਉਂਦੇ ਫਿਰਦੇ ਉਹ ਸਮਝਦਾ ਕਿ ਜਿਵੇਂ ਇੱਥੇ ਮੈਂ ਰੋਕ ਕੇ ਦੁਨੀਆ ਨੂੰ ਪਾਗਲ ਬਣਾ ਲਈ ਨਾ ਨਾ ਉੱਥੇ ਵੀ ਮੈਂ ਆਪ ਉਹਨੂੰ ਕਿਸੇ ਤਰ੍ਹਾਂ ਮੇਰੀ ਬੜੀ ਸ਼ਾਨ ਹੋਣੀ ਹੈ ਮੈਂ ਤਾਂ ਹੀ ਟੁਰਦਿਆ ਜਾਣਾ ਤੇ ਇੰਦੇ ਵੀ ਬਰਿਸ਼ਤੇ ਉਹਨਾਂ ਨੂੰ ਇੰਦੇ ਵੀ ਉਹਨਾਂ ਬੰਦੇ ਹਟਾਈ ਜਾਣਾ ਤਾਰਕ ਜਮੀਲਾ ਰਿਆ ਤਾਰਕ ਜਮੀਲਾ ਰਿਆ ਹਟੋ 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 ਤੇ ਮੇਰੀ ਵਾਰੀ ਜਿਹੜੀ ਪੁਲਿਸ ਰਾਹ ਦੇ ਨਾ ਉਹ ਤਾਂ ਇੱਕ ਲੰਮੀ ਸ਼ਰਾਹ ਵੜ ਜਾਣੀ ਹੈ ਤੇ ਮੈਂ ਇੱਕ ਸੈਕਿੰਡ ਵਿੱਚ ਗੁਜ਼ਰ ਜਾਣਾ ਬਿਜਲੀ ਤਰ੍ਹਾਂ ਐਵੇਂ ਐਵੇਂ ਸੋਚਦੇ ਫਿਰਦੇ ਜਮਲਵੀ ਸਾਹਿਬ ਤੁਹਾਡਾ ਹੀ ਸਾਹਿਬ ਕਿਤਾਬ ਐਵੇਂ ਹੋਣਾ ਹੈ ਮ अबे तू ना खबे अबा तू शिरक करता पाया तू मुश रखे तो हमेशा जा है मेरे नहीं दसना चाहिए मैं मैं अबे हमदर्दी की कर रहा मैं अबे मोहब्बत की कर रहा मैं तो हाँ काफर हो गया जिनका की आख्या कालू मसीह इब्न मरियम मसीह इब्न मरियम है खुदा है। खुदा ने आख्या के इस कौम गुनाह बखिया उन्हें अपने कले बेटे की कुर्बानी दी इंसान की चकल बेस बदल के सामने लगा तो आपने किन्नेीर आए बेस बदल के किसी मजहरे खुदा लिखे कितने वेखे ही नूरे खुदा गल पले पै गई اوزب باللہ من الشیطان الرجیم بسم اللہ الرحمن الرحیم گزارش ہے کہ سورۃ المائدہ ਦਾ مطالعہ ਕਰ ਰਹੇ ਹਾਂ سورۃ المائدہ ਦੇ ਮੈਂ ਬਾਰੇ ਅਰਜ਼ ਕੀਤੀ ਹੈ ਕਿ ਸ਼ੁਰੂ ਦੇ ਵਿੱਚ ਅੱਲਾਹ پاک ਨੇ ਆਪਣੇ ਤਸਰਫਾਤ ਦਾ ਦੱਸਿਆ ਕਿ ਤਸਰਫਾਤ ਸਾਰੇ ਅੱਲਾਹ پاک ਦੇ ਨੇ ਕਿਸੇ ਹੋਰ ਨੂੰ ਇਨਾਂ ਤਸਰਫਾਤ ਦੇ ਵਿੱਚ ਦਖਲ ਅੰਦਾਜ਼ੀ ਦਾ ਹੱਕ ਨਹੀਂ ਤਦਬੀਰੇ ਕਾਇਨਾਤ ਤਸਰਫਾਤ ਨੂੰ ਤਦਬੀਰੇ ਕਾਇਨਾਤ ਆਖ ਲੋ ਤੇ ਦੂਜੀ ਮੈਂ ਚੀਜ਼ ਇਹ ਦੱਸੀ ਹੈ ਭਾਈ ਜਿੰਨੇ ਵੀ ਨਜ਼ਰਾਂ ਨੇ ਉਹ ਅੱਲਾਹ ਪਾਕ ਦਾ ਹੱਕ ਹੈ ਹਾਂਜੀ ਤੀਸਰੇ ਮੈਂ ਇਹ ਅਰਜ਼ ਕੀਤੀ ਹੈ ਕਿ ਤਹਿਲੀਲ ਕਰਨਾ ਹਾਂਜੀ ਕਿਸੇ ਚੀਜ਼ ਨੂੰ ਹਲਾਲ ਕਰਾਰ ਦੇਣਾ ਹਰਾਮ ਕਰਾਰ ਦੇਣਾ ਉਹ ਅੱਲਾਹ ਪਾਕ ਦਾ ਹੱਕ ਹੈ ਗੈਰ ਦਾ ਹੱਕ ਨਹੀਂ ਨਹੀਂ ਫਿਰ ਅਰਜ਼ ਕੀਤੀ ਹੈ ਭਾਈ יהודו נסארה ਦਾ ਜ਼ਿਕਰ ਆਏਗਾ ਉਹਨਾਂ ਤੇ ਡਾਂਟ ਹੋਏਗੀ ਜ਼ਾਜਰ ਹੋਏਗੀ ਕਿਸ ਵਾਸਤੇ ਕਿ ਇਹ ਇੰਨਾ ਸਾਰੀਆਂ ਚੀਜ਼ਾਂ ਦੇ ਮੁਰਤਕਬ ਹੁੰਦੇ ਨੇ ਔਰ ਫਿਰ ਆਖਰਤ ਇਹਨਾਂ ਚੀਜ਼ਾਂ ਨੂੰ ਦੁਹਰਾਇਆ ਜਾਏਗਾ ਮੁਸਲਮਾਨਾਂ ਨੂੰ ਹੁਕਮ ਦਿੱਤਾ ਜਾਏਗਾ ਕਿ ਇਹਨਾਂ ਨਾਲ ਬਾਈਕਾਡ ਕਰੋ ਇਹਨਾਂ ਦੇ ਨਾਲ ਕੋਈ ਤੱਲਕ ਨਹੀਂ ਰੱਖਣਾ ਇਹ ਅੱਲਾ ਦੇ ਦੁਸ਼ਮਣ ਨੇ ਔਰ ਅੱਲਾ ਦੇ ਦੁਸ਼ਮਣਾਂ ਨਾਲ ਤੁਹਾਡੀ ਵੀ ਦੁਸ਼ਮਣੀ ਹੋਣੀ ਚਾਹੀਦੀ ਹੈ ਹਾਂਜੀ ਇਹ ਚੀਜ਼ਾਂ ਮੈਂ ਗੁਜ਼ਾਰਿਸ਼ ਕੀਤੀਆਂ ਹਨ ਚੌਥਾ ਆਇਤ ਦਾ ਮੁਤਾਲਾ ਕਰ ਚੁੱਕੇ ਹਾਂ ਪਹਿਲ ਨੰਬਰ ਆਇਤ ਮੁਬਾਰਕਾ ਸੀ ਪੜਾਂਗੇ ਹਾਂਜੀ ਵਲਾਉ ਅਨ ਅਹਲਲ ਕਿਤਾਬ ਆਮਨੁ ਅਹਲ ਕਿਤਾਬ ਨੂੰ ਦਾਵਤ ਅਗਰ ਅਹਲ ਕਿਤਾਬ ਇਮਾਨ ਲੈ ਹੁੰਦੇ ਹਾਂਜੀ ਹੁਣ ਰੋਲਾ ਇਹ ਕਿ ਅਹਲ ਕਿਤਾਬ ਕਦੋਂ ਆਖਦੇ ਨੇ ਕਿ ਅਸੀਂ ਇਮਾਨ ਕੋ ਨਹੀਂ ਲੈਂਦਾ ਉਹ ਤਾਂ ਆਖਦੇ ਨੇ ਕਿ ਅਸੀਂ ਇਮਾਨ ਲੈ ਹੁੰਦਾ ਲੇਕਿਨ ਆਇਆ ਗਿਆ ਉਹਨਾਂ ਦਾ ਇਮਾਨ ਅੱਲਾਹ ਪਾਕ ਦੀ ਨਜ਼ਰ ਵਿੱਚ ਮੁਤਬਰ ਹੈ ਹੁਣ ਸੁਣ ਲਓ ਇਸਾਈਆਂ ਦੀ ਗੱਲ ਅਹਲ ਕਿਤਾਬ ਜਿਹੜੇ ਨਾ ਹਾਂਜੀ ਇਹ ਇਹਨਾਂ ਨੂੰ ਦਾਵਾ ਦਿੱਤੇ ਜਾ ਰਹੇ ਅਹਿਲੇ ਗਿਤਾਬ ਨੂੰ ਸਾਰਿਆਂ ਨੂੰ ਪਤਾ ਕਿ ਇਮਾਨ ਗੀ ਚੀਜ਼ ਹੈ ਅੱਛਾ ਇਹ ਐਡੇ ਭੋਲੇ ਹੋਣ ਵੇਖੋ ਯਾਰ ਅੱਛਾ ਮੈਂ ਕੀ ਪੇੜਦਾ ਬਈ ਇਹ ਐਡੇ ਭੋਲੇ ਨਹੀਂ ਨੇ ਮਲਵੀ ਹਾਲਮ ਹੋਵੇ ਤੇ ਐਡਾ ਭੋਲਾ ਹੋਵੇ ਉਹਨਾਂ ਨੂੰ ਇੰਨਾ ਪਤਾ ਵੀ ਲਾ ਇਲਾ ਇਲਾ ਹੀ ਹੈ ਕੀ ਪਤਾ ਹੈ ਲਾ ਇਲਾ ਇਲਾ ਹੀ ਹੈ ਲੇਕਿਨ ਉਹਦੇ ਤਿੰਨ ਮਿਲ ਕੇ ਇੱਕ ਬਣਦਾ ਹੈ ਅੱਗੇ ਵੇਖੋ ਕੈਸਾ ਗੇੜਾ ਦਿੱਤਾ ਬਿੱਤੇ ਨਾਲ ਮਿਲ ਕੇ ਹਿੱਕ ਬਣਦਾ ਹੈ ਗੱਲ ਲਾ ਇਲਾ ਲਾ ਇਏ ਗਵਾਹੀ ਅਸੀਂ ਲਾ ਇਲਾ ਇਲਾ ਦੀ ਦਿੰਨੇ ਆ ਹੁਣ ਤੁਸੀਂ ਅੱਗੇ ਆ ਜਾਂਦੀਆਂ ਨੇ ਆਯਾਤ ਅੱਛਾ ਜੀ ਇਹ ਕੀ ਇਹ ਫਿਰ ਤਕਵਾ ਇਖਤियार ਕਰਦੇ ਅੱਲਾਹ ਬਾਦ ਹੁਕਾਮ ਤੇ ਅਮਲ ਕਰਦੇ ਲ ਕਫਰਨਾ ਅੰਨੂਮ ਸੈਯਾਤ ਇਹਨਾਂ ਦੇ ਗੁਨਾਹ ਅਸੀਂ ਭਜ ਦਿੰਦੇ ਖਤਮ ਕਰ ਦਿੰਦੇ ਹਾਂਜੀ ਵਲਾ ਅਦਖਲ ਨਾਮ ਜੰਨਤ ਨਈਮ ਔਰ ਇਹਨ ਨੂੰ ਨੇਮਦਾਨੇ ਬਾਗਾਂ ਦੇ ਵਿੱਚ ਦਾਖਲ ਕਰਦੇ ਵਲਾ ਉਹ ਅੰਨੂ ਮਕਾਮੁਤ ਤਰਾਤ ਵਲ ਇੰਜੀਲਾ ਅਗਰ ਇਹ ਤੌਰਾਤ ਤੇ ਅੰਜੀਲ ਨੂੰ ਕਾਇਮ ਕਰ ਦੇ ਕਾਇਮ ਕਰ ਦੇ ਕੀ ਮਤਲਬ ਹੈ ਭਾਈ ਹੁੰਦੇ ਤੇ ਅਮਲ ਕਰ ਦੇ ਨਾ ਹੋਰ ਕੀ ਕਾਇਮ ਕਰਨਾ ਕਿ ਉਹਨੂੰ ਫੜ ਕੇ ਰੱਖੀ ਰੱਖਣਾ ਵੀ ਇਹ ਕਾਇਮ ਹੈ ਮੀਆਂ ਕਿਤਾਬ ਨੂੰ ਅਮਲ ਕਰ ਦੇ ਨਾ ਅਕਾਮ ਵਮਾ ਉਨਜ਼ਲਾ ਇਲੈਹ ਮਿਰ ਰੱਬ ਜਿਹੜਾ ਕੁਝ ਵੀ ਇਹਨਾਂ ਦੇ ਰੱਬ ਦੀ ਤਰਫੋਂ ਇਹਨਾਂ ਤੇ ਉਤਾਰਿਆ ਗਿਆ ਮੈਂ ਉਹਦੇ ਵਿੱਚ ਸਹੀਫੇ ਵੀ ਤਾਂ ਹੈ ਨਾ ਤੋਰਾਤ ਤੇ ਉਹਨਾਂ ਤੇ ਅਮਲ ਕਰ ਦੇ ਨਾ ਲਾਕਲੂ ਮਿਨ ਫੌਕਹਿਮ ਵਮੇਨਤਾ ਤੇ ਅਰਜੁਲਹਿਮ ਅੱਛਾ ਤਕਲੀਫ ਕੀ ਆਈ ਇਹ ਪਹਿਲੇ ਸਮਝ ਲੋ ਅਹਲੇ ਕਿਤਾਬ ਨੂੰ ਕੀ ਤਕਲੀਫ ਆਈ ਕਿ ਉਹ ਈਮਾਨ ਨਹੀਂ ਲੈਂਦੇ ਕਹਾ ਤੋ ਰਾਤ ਬਦਲੀ ਗਈ ਹਾਂਜੀ ਤੋ ਰਾਤ ਪਹਿਲੇ ਪੂਰਨੇ ਹੀ ਬਦਲ ਦਿੱਤੀ ਤੇ ਫਿਰ ਜਦੋਂ ਅਗਲੇ ਪੂਰਮ ਦੇ ਗਏ ਉਹ ਕੀ ਹੋਇਆ ਭਈ ਉਹ ਤਾਂ ਹੁਣ ਸਾਰੀ ਦੁਨੀਆ ਤੋਂ ਉਹਨਾਂ ਸਮਝ ਰਹੀ ਹੈ ਭਈ ਸਰਕਾਰਾਂ ਦੇ ਬੜੀਆਂ ਪਹੁੰਚੀਆਂ ਹੋਈਆਂ ਨੇ ਅੱਜ ਸਾਡੀਆਂ ਸਰਕਾਰਾਂ ਨੂੰ ਕੀ ਤਕਲੀਫ ਹੈ ਅੱਜ ਸਾਡੀਆਂ ਸਰਕਾਰਾਂ ਲਾ ਇਲਾ ਇਲਾ ਕਿਉਂ ਨਹੀਂ ਪੜਦੀਆਂ ਪਈਆਂ ਗਵਾਹੀ ਦਿੰਦੀਆਂ ਪਈਆਂ ਨੇ ਜਿਉ ਉਹデア ਈਸਾਈ ਲਾ ਇਲਾ ਇਲਾ ਪੜਦੇ ਪੈਨੇ ਅੱਜ ਸਾਡੀਆਂ ਸਰਕਾਰਾਂ ਦਾ ਲਾ ਇਲਾ ਇਲਾ ਵੀ ਉਬੋ ਜਾਈ ਅੱਛਾ ਉਹ ਹੁਣ ਲੋਕੀ ਸਮਝੀ ਜਾਂਦੇ ਨੇ ਬਈ ਇਹ ਸਰਕਾਰਾਂ ਤਾਂ ਬੜੀਆਂ ਪਹੁੰਚੀਆਂ ਆਈਆਂ ਨੇ ਨਜ਼ਰਾਨੇ ਆ ਰਹੇ ਨੇ ਮਾਲ ਆ ਰਿਹਾ ਅੱਨਾ ਅੱਜ ਮੌਲਵੀ ਸਾਹਿਬ ਜੀ ਹਾਂਜੀ ਇਹ ਸਾਡਾ ਰਿਬੀ ਏ ਜੀ ਤੇ ਨਜ਼ਰਾਨੇ ਨੇ ਤੇ ਮੌਲਵੀ ਸਾਹਿਬ ਲਚਪਾਚ ਹਾਂਜੀ ਮੌਲਵੀ ਸਾਹਿਬ ਦੀਆਂ ਗਲੀ ਚ ਟੋ ਰਹੀ ਹੋਰ ਨੇ ਲੰਘਣਾ ਹੀ ਹੋ ਰੇ ਬਈ ਲੋਕੀ ਸਲਾਮਾ ਕਰ ਰਹੇ ਨੇ ਮੌਲਵੀ ਦਾ ਅੱਛਾ ਨੇਕ ਬੰਦਾ ਹੋਵੇ ਬੰਦੇ ਨੂੰ ਪਤਾ ਵੈਸੇ ਰੋਬ ਦਬ ਦਬਾ ਹੁੰਦਾ ਹੈ ਅੱਛਾ ਤੇ ਫਿਰ ਜਿੰਨੇ ਬਰੇਵਾ ਹੀ ਹੋ ਜਾ ਬਣਾਇਆ ਹੋਇਆ ਹੋਵੇ ਉਹ ਤਾਂ ਵੈਸੇ ਉਹ ਕਾਣੀ ਅੱਖ ਕਰਕੇ ਵੇਖਦਾ ਭਈ ਉਹ ਉੱਠ ਕੇ ਮੈਨੂੰ ਕਦੋਂ ਸਲਾਮ ਕਰਦਾ ਰੋਜ਼ ਮਰ ਰਾਜਾ ਆਪਾਂ ਆਪਦੇ ਸਾਹਮਣੇ ਬੈਕਦੇ ਆ ਅੱਛਾ ਤੁਸੀਂ ਆ ਵੇਖ ਲਓ ਪੀਰਾਂ ਫਕੀਰਾਂ ਦੀ ਨਜ਼ਰ ਹੁੰਦੀ ਏ ਭਈ ਆ ਬੰਦਾ ਮੇਰੇ ਨਾਲ ਕਿਵੇਂ ਮੇਰੇ ਗੋੜਿਆਂ ਨੂੰ ਹੱਥ ਲਾਇਆ ਤੂੰ ਨਹੀਂ ਲਾਇਆ ਸਾਰਾ ਆ ਇਹਨਾਂ ਦੀ ਔਕਾਤ ਏ ਈਮਾਨ ਦੀ ਅੱਛਾ ਜੀ ਇਹ ਤਕਲੀਫ ਆਈ ਉਹ ਨਜ਼ਰਾਨੇ ਜਾਂਦੇ ਹਨ ਅੱਲਾਹ ਪਾਕ ਇਹ ਵੇਖ ਲਓ ਹੁਣ ਕਿਵੇਂ ਦਾਵਤ ਆਣ ਲੱਗੀ ਹੈ ਭਈ ਇਹ ਸਾਰੀਆਂ ਚੀਜ਼ਾਂ ਦੇ ਅਮਲ ਕਰਦੇ ਕੀ ਹੁੰਦਾ ਲਾ ਕਲੂ ਮਿਨ ਫੌਕੇ ਹਮ ਇਹ ਆਪਣੇ ਉੱਤੋਂ ਰੋਦੀ ਵਸਤੇ ਆ ਵੇਖਦੇ ਇਹ ਉੱਤੋਂ ਦਿਖਾਂਦੇ ਉਹ ਰਹਿਮਤ ਦੀਆਂ ਬਾਰਸ਼ਾਂ ਆਉਂਦੀਆਂ ਵ ਮਿੰਤਾ ਤੇ ਅਰਜੁਲੇ ਹਮ ਇਹ ਪੈਰਾਂ ਦੇ ਥੱਲੋਂ ਇਹਨਾਂ ਦੇ ਇਤਨਾ ਗੱਲ ਆਉਂਗ ਇਹਨਾਂ ਦੇ ਤੋਂ ਸਬਰ ਤੋਂ ਵੀ ਬਾਹਰ ਹੋ ਜਾਂਦਾ ਬਿਰੋਦੀ ਆਉਂਦੀ ਕਿੱਤੋਂ ਬਾਈਏ ਇਹ ਤਾਂ ਅੱਜ ਅੱਜ ਵੀ ਇਹ ਦੁਨੀਆ ਕਦੇ ਕੁਰਾਨੇ ਹਕੀਮ ਦੇ ਇਕੱਠੀ ਹੋ ਜਾਵੇ ਇਹ ਮੇਰੀ ਗੱਲ ਪੱਲੇ ਬੰਦ ਤੇ ਹੋਣਾ ਚਾਹੀਦਾ ਹੈਗਾ ਨਾ ਕੋੜੇ ਦਿਲ ਦੇ ਬੜੀ ਪੈ ਅਸੀਂ ਇਨਸਾਨੀਅਤ ਡੇਗ ਗਏ ਹਾਂ ਹਾਂਜੀ ਉਹ ਵੇਖ ਲਓ ਭਾਈ ਉਹਨੂੰ ਕੀ ਸਦਨ ਏ ਨਾਲ ਦੇ ਆਪਣੇ ਬੇਲੀ ਅੱਛਾ ਜੀ ਡੂਡ ਡੂਡ ਸੌ ਦੇ ਰੱਬ ਖਰੀਦੇ ਪਏ ਹਾਂਜੀ ਸੌ ਸੌ ਦਾ ਰੱਬ ਅੱਛਾ ਸੇਲੇ ਤੋਲ ਕੇ ਵੀ ਲੱਭ ਜਾਂਦੇ ਨੇ ਰੱਬ ਤੋਲ ਕੇ ਵੀ ਲੱਭ ਜਾਂਦੇ ਨੇ 150 ਦੀ ਧੜੀ ਹਾਂ ਬਾਜ਼ਾਰ ਨੇ ਭਾਈ ਸਾਹਿਬ ਉਧਰੋਂ ਤੋਲ ਕੇ ਲੱਭ ਜਾਂਦੇ ਨੇ ਉਹ ਹੈ ਕੀ ਮਿੱਟੀ ਗੋਣ ਕੇ ਉਹਨੂੰ ਪਕਾਉਣਾ ਹੀ ਹੈ ਨਾ ਹੁਣ ਅੰਦਾਜ਼ਾ ਲਾ ਲਓ ਜਿਹੜਾ ਬੰਦਾ ਆਪਦੇ ਰੱਬ ਦੇ ਨੱਕ ਬਣਾਉਂਦਾ ਪਿਆ ਹੈ ਕੰਨ ਬਣਾਉਂਦਾ ਪਿਆ ਬੁੱਲ ਬਣਾਉਂਦਾ ਪਿਆ ਤੇ ਉਹਦੇ ਅੱਠ ਦਾ ਨੂੰ ਕੀ ਸਦੈ ਨਾ ਹੱਥ ਬਣਾਈ ਜਾਂਦਾ ਯਾਰ ਉਹਨੇ ਸ਼ਰਮ ਕੋਈ ਨਹੀਂ ਹੁੰਦੀ ਉੱਤੇ ਫਿਰ ਕਾਲਾ ਸ਼ਾਹ ਰੰਗ ਦੇਵੀਆਂ ਦੇ ਕੀ ਰੰਗ ਕਾਲਾ ਸ਼ਾਹ ਰੰਗ ਅੱਛਾ ਇਹ ਹੁਣ ਹੁੰਦਾ ਪਤਾ ਕੀ ਹੈ ਇਹ ਯੋਗੀਆਂ ਛਕਲਾ ਇਹਨਾਂ ਲੱਭ ਕੇ ਦੋ ਜਾਂਦੀਆਂ ਨੇ ਹੁੰਦਾ ਹੈ ਕਿ ਇੱਕ ਬੰਦਾ ਹੁਣ ਇਹ ਕੀ ਆਖਦੇ ਨੇ ਮੈਡੀਟੇਸ਼ਨ ਅਸੀਂ ਕਰਦੇ ਪਏ ਕੀ ਕਰਦੇ ਪਏ ਮੈਡੀਟੇਸ਼ਨ ਮੈਡੀਟੇਸ਼ਨ ਕੀ ਹੁੰਦੀ ਹੈ ਮੈਡੀਟੇਸ਼ਨ ਹੁੰਦਾ ਮੁਰਾਕਬਾ ਅੱਛਾ ਹੁਣ ਤੁਸੀਂ ਮੁਰਾਕਬੇ ਦੇ ਵਿੱਚ ਤਾਂ ਉਹ ਅੱਲਾ ਦਾ ਸੱਚਾ ਰੱਖਣਾ ਤੇ ਅੱਲਾ ਬਾਗ ਨੂੰ ਕੀ ਜ਼ਰੂਰਤ ਹੈ ਜੇ ਅੱਲਾ ਬਾਗ ਕਿਵੇਂ ਕਰਨਾ ਹੁੰਦਾ ਲੋਗਾਂ ਦੇ ਦਿਮਾਗੇ ਚਾਉਣਾ ਹੁੰਦਾ ਇਹ ਜ਼ਮੀਨ ਤੇ ਹੁਣਾ ਹੁੰਦਾ ਦੇ ਦੱਸਦਾ ਨਾ ਮੈਂ ਜ਼ਮੀਨ ਤੇ ਹੁੰਦਾ ਪਿਆ ਕਦੇ ਕਿਸੇ نبی ਨੇ ਆਖਿਆ ਬਈ ਅੱਲਾ ਬਾਗ ਦੀ ਆ ਸ਼ਕਲ ਜੇ ਇਸ ਤਰ੍ਹਾਂ ਦੀ ਜ਼ਾਤ ਜੇ ਹੁਣ ਇਹ ਪੀਰ ਸਾਹਿਬ ਬਣਾ ਬੰਦੇ ਨੇ ਸਾਰੇ ਸੁਣੋ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਪੰਗਾ ਹੈ ਪੰਗਾ ਮੁਰਾਕਬਾ ਕੀ ਹੈ ਮੁਰਾਕਬਾ ਪੰਗਾ ਹੈ ਮੁਰਾਕਬਾ ਦੀਨ ਨੂੰ ਖਤਮ ਕਰਨ ਦਾ ਨਾਮ ਹੈ ਅੱਛਾ ਮੁਰਾਕਬੇ ਕੀ ਹੈ ਕਿ ਮੇਰੀ ਸੋਲ ਜਾ ਕੇ ਮੇਰੀ ਸੋਲ ਕੀਏ ਮੇਰੀ ਰੂਹ ਜਾ ਕੇ ਅੱਲਾਹ ਦੀ ਸੋਲ ਦੇ ਵਿੱਚ ਮਰ ਜੇ ਹੋ ਜਾਂਦੀ ਹੈ ਮੇਰੀ ਸੋਲ ਅੱਲਾਹ ਦੀ ਸੋਲ ਦੇ ਵਿੱਚ ਮਰ ਜੇ ਜਾਵੇ ਹਾਂਜੀ ਫਿਰ ਅੱਲਾਹ ਪਾ ਦੀਆਂ ਸ਼ਕਲਾਂ ਬਣਾਣਗੇ ਜ਼ਿਹਨ ਦੇ ਵਿੱਚ ਉਸੇ ਤਰ੍ਹਾਂ ਜਦੋਂ ਤੁਸੀਂ ਪੰਗੇ ਸ਼ੈਤਾਨਾ ਨਾਲ ਲੈਣੇ ਨੇ ਤਾਂ ਸ਼ੈਤਾਨ ਨੇ ਤਾਂ ਆਉਣਾ ਹੈ ਕਦੇ ਕਿਸੇ ਸ਼ਕਲ ਵਿੱਚ ਆਏਗਾ ਡਰਾਉਣੀ ਹਾਂ ਉਹ ਸਮਝੇਗਾ ਆ ਆ ਗਿਆ ਰੱਬ ਮੈਂ ਜਿਹੜੀ ਸਿੱਧੇ ਕਹੇ ਕਦੇ ਖਾਬ ਵਿੱਚ ਆ ਜਾਏਗਾ ਉਹ ਉਸੇ ਤਰ੍ਹਾਂ ਦੀ ਪੇਂਟਿੰਗ ਬਣਾ ਦਿੱਤੀ ਤੇ ਲੋਕ ਤਾਂ ਐਸੇ ਆ ਹੁਣ ਸਾਡੇ ਅੰਨੇ ਪਤਾ ਸਾਡੇ ਅੰਨੇ ਪਤਾ ਵੀ ਆ ਕਬਰਾਂ ਦੇ ਪੱਲੇ ਕੀ ਹੁੰਦਾ ਕੁਝ ਹੁੰਦਾ ਹੈ ਕਬਰਾਂ ਦੇ ਭਲੇ ਸਾਡਿਆਂ ਨੂੰ ਪੂਰੇ ਕੁਰਾਨ ਤੋਂ ਇਹ ਕਬਰਾਂ ਦਾ ਨਹੀਂ ਲੱਭਦਾ ਐਵੇਂ ਉਹਨਾਂ ਵਿੱਚ ਹੋਇਆ ਭਾਈ ਜੀ ਉਹਨਾਂ ਦੀਆਂ ਵੀ ਕਿਤਾਬਾਂ ਜਿਹੜੀਆਂ دینی ਕਿਤਾਬਾਂ ਨੇ ਨਾ ਉਹਨਾਂ ਵਿੱਚ ਕੀ ਲਿਖਿਆ ਅੱਲਾਹ ਦੀ ਪੇਂਟਿੰਗ ਕੋਈ ਨਹੀਂ ਅੱਲਾਹ ਦਾ ਸਟੈਚੂ ਕੋਈ ਨਹੀਂ ਅੱਲਾਹ ਦੀ ਮੂਰਤੀ ਕੋਈ ਨਹੀਂ ਉਹਨਾਂ ਨੇ ਹੱਕ ਦਾ ਕੰਮ ਸ਼ੁਰੂ ਹੋਇਆ ਹਾਂਜੀ ਉਹਦੀ ਆੜੇ ਪੈ ਗਈ ਦੂਜਿਆਂ ਆਖਿਆ ਚਲੋ ਸ਼ੁਰੂ ਕਰੋ ਆ ਜਾ ਤਾਂ ਇੰਦੀ ਤਾਂ ਰੋਟੀ ਪੱਕ ਗਈ ਹਾਂਜੀ ਆ ਭੁੱਖਾ ਮਰਦਾ ਵੇਖ ਲੋ ਇਹਨੇ 200 ਦਾ ਰੱਬ ਲਿਆਂਦਾ ਹੈ ਤੇ ਉਹਦੀ ਪੂਜਾ ਹੋ ਰਹੀ ਤੇ ਮੈਂ ਕਿਉਂ ਨਾ 500 ਦਾ ਲਿਆਵਾਂ ਉਹ ਵੇਖਦੇ 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 ਹੁਣ ਉਹ ਕਾਦਾ ਵਰ ਬੁੱਤ ਬਣ ਗਏ ਭਾਈ ਸਾਹਿਬ ਹਾਂਜੀ ਇਹਨਾਂ ਦੇ ਯਹੂਦੀਆਂ ਨੇ ਆਪਦੇ ਕਬਰਾਂ ਸਜਾ ਲਈਆਂ ਇਸਾਈਆਂ ਨੇ ਕਬਰਾਂ ਸਜਾ ਲਈਆਂ ਤੇ ਮੁਸਲਮਾਨ ਵਿਚਾਰੇ ਕਿਸ਼ਾ ਰਹਿ ਗਏ ਓਏ ਨਾ ਕਬਲਾ ਦੇ ਪੁਲਸ ਰਾਤ ਬਣਾ ਦਿੱਤੇ ਹੁਣ ਮੌਲਵੀ ਵੀ ਸਾਬ ਇਕੱਠੇ ਹੁੰਦੇ ਨੇ ਸਾਰੇ ਅੱਜ ਮੈਨੂੰ ਕੋਈ ਦੋਸਤ ਦੱਸਦਾ ਪਿਆ ਸ਼ੀਆ ਕਹੇ ਜੀ ਇਕੱਠਿਆਂ ਤੇ ਸੁੰਨੀ ਇਕੱਠਿਆਂ ਦੀ ਉਹ ਬੰਦੀ ਬਰੇਲਵੀ ਸਾਰੇ ਹੁਣ ਮੈਂ ਕੀ ਨਾਂ ਲਾਵਾਂ ਮੌਲਵੀ ਸਬਾਨ ਤੁਹਾਡਾ ਹਾਂਜੀ ਉਹ دین ਨੂੰ ਢਾਵਣ ਵਾਸਤੇ ਇਕੱਠੇ ਹੋਇਆ ਹਾਂਜੀ ਠੀਕ ਹੈ ਤੁਸੀਂ ਅਖੇ ਜੀ ਜਿਹੜਾ ਸ਼ਿਰਕ ਕਰਦਾ ਪਿਆ ਤੁਸੀਂ ਅੱਜ ਤੋਂ ਬਾਪਾਕਿਸਤਾਨ ਕਿਸੇ ਨੂੰ ਸ਼ਿਰਕ ਨੂੰ ਸ਼ਿਰਕ ਲਿਆ ਆ ਹੱਦਾਂ ਖਤਮ ਕਰ ਦਿਓ ਭਾਈ ਸਾਹਿਬ ਇਹ ਜ਼ਨਾਹ ਦੀ ਜਿਹੜੀ ਹੱਦ ਹੈ ਨਾ ਖਤਮ ਕਰ ਦਿਓ ਜ਼ਾਨੀ ਨੂੰ ਜ਼ਾਨੀ ਆਖਣਾ ਬੰਦ ਕਰ ਦਿਓ ਚੋਰ ਨੂੰ ਚੋਰ ਆਖਣਾ ਬੰਦ ਕਰ ਦਿਓ ਓਏ ਐਡੇ ਤੁਹਾਡੇ ਪੱਕੇ ਦਿਮਾਗ ਹੋ ਗਏ ਨੇ ਉਸ ਜਿਹੜਾ ਲੈਨ ਜਿਹੜਾ ਸ਼ਰਕ ਮੁਸਲਮਾਨਾਂ 'ਚ ਫੈਲਾਈ ਰਿਹਾ ਉਹ ਲੈਨ ਆਪਣੀ ਲਾਹਤ ਤੋ ਬਾਅਦ ਨਾ ਜਾਵੇ ਤੇ ਅਸੀਂ ਆਪਦਾ ਇਮਾਨ ਛੱਡ ਦੇਵਾਂਗੇ ਯਾਰਾ ਜੀਵ ਤਮਾਸ਼ਾ ਬਣ ਗਿਆ ਕੋਈ ਹੱਕ ਦੀ ਸਦਾ ਹੀ ਨਾ ਬਲੰਦ ਕਰੇ ਤੋੜੀਆਂ ਤਲਵਾਰਾਂ ਜ਼ਬਾਨਾਂ ਗਈਆਂ ਤੇਜ਼ ਹੋ ਗਈਆਂ ਨੇ ਅੱਲਾਹੁ ਅਜ ਵੀ ਇਹ ਪੂਰੀ ਦੁਨੀਆ ਆ ਜਾਵੇ ਖੁਦਾ ਦੀ ਕਸਮ ਅੱਧ ਦੀ ਰੋਜ਼ੀ ਵਿੱਚ ਆਦੇ ਵਸਦੀ ਅਮਨ ਕੇ ਸਰਾਂ ਹੁੰਦਾ ਇਹ ਜਿੰਨਾਂ ਨੇ ਪੜਾਉਣਾ ਉਹ ਹੁਣ ਇਕੱਠੇ ਬਹਿ ਕੇ ਵੀ ਨਹੀਂ ਆਪਾਂ ਕਬਰਾਂ ਕੋ ਨਹੀਂ ਛੜਨੀਆਂ ਹਾਂਜੀ ਤੇ ਤੁਸੀਂ ਲੋਕਾਂ ਦੇ ਜ਼ੋਰ ਦਿਓ ਮੁਸ਼ਰਕ ਦੀ ਆਵਾਜ਼ ਬੁਲੰਦ ਕਰਨੀ ਬੰਦ ਕਰ ਦੇ ਮੁਜਰਗ ਨਾ ਆ ਕੇ ਕਬਰਾਂ ਨੂੰ ਆਪਾਂ ਜੰਨੇ ਜੱਫਾ ਮਾਰ ਕੇ ਰੱਖਣਾ ਤਾਂ ਸੇ ਯਾਰ ਤੁਸੀਂ ਕੀ ਤਮਾਸ਼ਾ ਬਣਾ ਲਿਆ ਹੈ ਜਿੰਦਾ ਕੋ ਵਡੇਰਾ ਮਰਦਾ ਹੈ ਉਹ ਪੂਰ ਕੇ ਤੋਂ ਆਗਦਾ ਭਈ ਉਹਨੂੰ ਕੀ ਸਦਨ ਦਾ ਹੱਥ ਹੁਣ ਪਉਣ ਲੱਗ ਗਿਆ ਕਾਇਨਾਤ ਦੇ ਵਿੱਚ ਅੱਲਾ ਬਾਗ ਸਾਰਾ ਕੁਰਾਨ ਭਰਿਆ ਪਿਆ ਕਿ ਕਿਸੇ ਦਾ ਹੱਥ ਨਹੀਂ ਪਉਂਦਾ ਐ ਆ ਜਾਂਦੀ ਏ 74 75 ਇੱਕ ਰਸੂਲ ਦਾ ਹੱਥ ਨਹੀਂ ਪਉਂਦਾ ਹਜ਼ਰਤੀ ਈਸਾ ਰਸੂਲ ਦਾ ਹੱਥ ਨਹੀਂ ਪਉਂਦਾ ਬੇਸ਼ੱਕ ਤੇ ਤੁਹਾਡਾ ਹੱਥ ਪਉਂਦਾ ਹੈ ਹਾਂਜੀ ਅੱਲਾ ਤੁਹਾਨੂੰ ਪਵਾਵੇਗਾ ਹੱਥ ਕਿਵੇਂ ਹੱਥ ਪੰਦਾ ਚਲੋ ਪਾਓ ਭਾਈ ਇੱਥੇ ਹੱਥ ਦੋਜ਼ਖੇ ਤੁਹਾਡੇ ਹੱਥ ਜਾਣੇ ਨੇ ਸਾਰੇ ਅੱਛਾ ਜੀ ਫਰਮਾਇਆ ਜਾ ਰਿਹਾ ਮੈਨ ਹਮ ਉਮਮਤੁ ਮੁਕਤਾਸਿਦਾ ਇੱਕ گرو ਹੈ ਸਿੱਧੇ ਰਸਤੇ ਤੇ ਅੱਲਾ ਕਿਤਾਬ ਦਾ ਇੱਕ گرو ਤਰੰਦੇ ਥੋੜੇ ਬਹੁਤ ਤਰੰਦੇ ਸ਼ੁਰੂ ਤੋਂ ਵੀ ਰਿਹਾ ਤੇ ਹਜ਼ੂਰ ਅੱਲ੍ਹਾ ਸਲਾਤੋ ਸਲਾਮ ਦੇ ਵੀ ਇਮਾਨ ਲੈਂਦਾ ਵਕਸੀਰੁ ਮਿਨਹਮ ਸਾ ਅਮਾ ਯਾਮਲ ਕਸੀਰ ਤਦਾਦ ਐਸੀ ਹੈ ਉਹ ਬੜਾ ਬੁਰਾ ਕੰਮ ਕਰਦੇ ਪੈਣ ਹਾਂਜੀ ਸਾ ਮਾਇਆ ਅ ਟਿੱਕੇ ਮੱਥੇ ਦੇ ਬੰਦੇ ਪੈਣ ਆਈਸਾਈ ਟਿੱਕੇ ਬੰਨੀ ਖੋਤੇ ਜੇ ਇੱਕ ਇੱਕ ਟਿੱਕਾ ਤੁਸੀਂ ਵੀ ਮੌਲਵੀ ਜਬਾਨ ਸਵਾਲੋ ਇੱਥੇ ਮੱਥੇ ਤੇ ਸਜਾ ਕੇ ਰੱਖਿਆ ਕਰੋ ਉਹਨਾਂ ਟਿੱਕੇ ਸਜਾਈ ਖਲੋਤੇ ਨੇ ਆ ਹੁਣ ਕਿਸ ਦੇ ਨਾਂ ਤੇ ਆ ਹਿਊਮਨ ਰਾਈਟਸ ਦੇ ਨਾਂ ਤੇ ਬੜੇ ਬੜੇ ਟਿੱਕੇ ਸਜਾਈ ਖਲੋਤੇ ਨੇ ਹੁਣ ਤੁਸੀਂ ਵੀ ਹੋ ਜੀ ਵੀ ਟਿੱਕੇ ਨਾਲ ਸਜਾ ਲਓ ਫਰਮਾਇਆ ਜਾ ਰਿਹਾ ਅੱਗੇ ਸਾਰੇ ਟਿੱਕੇ ਸਜਾਏ ਹੋਏ ਜੇ ਨਾ ਕੁਝ ਹੀ ਰੱਖਦੇ ਟਿੱਕੇ ਮਨਾਫਕ ਦੇ ਟਿੱਕੇ ਹਾਂਜੀ ਵਿਦਹਾਤ ਦੇ ਟਿੱਕੇ ਹੁਣ ਇਹ ਇੱਕ ਇਹੋ ਜਿਹਾ ਵੀ ਟਿੱਕਾ ਲੈ ਲੋ ਨਾਲ ਅੱਛਾ ਜੀ ਫਰਮਾਇਆ ਜਾ ਰਿਹਾ ਯਾ ਰਸੂਲ ਐ ਰਸੂਲ ਐ ਮੇਰੇ ਪਿਆਰੇ ਰਸੂਲ ਬਲਗ ਮਾਂ ਜ਼ਲਾ ਇਲਾਹ ਕਾ ਮੇਰੇ ਰੱਬੇ ਕਾ ਤੇਰੇ ਰੱਬ ਦੀ ਤਰਫੋਂ ਜਿਹੜਾ ਕੁਝ ਉਤਾਰਿਆ ਗਿਆ ਹੈ ਨਾ ਉਹਦੀ ਤਬਲੀਗ ਕਰ ਅੱਲਾਹ ਗੱਲ ਖੋਲ ਕੇ ਪਹੁੰਚਾ ਮੁਸ਼ਰਕੀ ਨੇ ਮੱਕਾ ਦੀ ਕਾਣ ਨਹੀਂ ਰੱਖਣੀ ਯਹੂਦੀ ਕਹਾਣੀ ਨਹੀਂ ਰੱਖਣੀ ਇਸ ਹਈਆਂ ਦੀ ਕਹਾਣੀ ਨਹੀਂ ਰੱਖਣੀ ਹਿੰਦੂਆਂ ਦੀ ਕਹਾਣੀ ਨਹੀਂ ਰੱਖਣੀ ਕੀ ਕਰਨਾ ਗੱਲ ਖੋਲ ਕੇ ਪਹੁੰਚਾ ਤਬਲੀਗ ਪਹੁੰਚਾ ਪੂਰਾ ਕੁਰਾਨ ਪਹੁੰਚਾ ਹਾਂਜੀ ਤੇ ਕੁਰਾਨ ਅੱਛਾ ਕੀ ਪੁੰਜਾਉਣਾ ਇਹਨਾਂ ਨੇ ਜਿਹੜਾ ਕੋਈ ਸਾਈਡ ਤੋਂ ਆੜ ਕੇ ਗੱਲ ਕਰਦਾ ਹੈ ਨਾ ਵੀ ਮੌਲਵੀ ਆਵਾਜ਼ ਦੁੱਖ ਕੀਤੀ ਜਾਂਦੇ ਹੋ ਕੌਮ ਨਾਲ ਪੜਿਆ ਨਹੀਂ ਹੋ ਜਾਂਦੀ ਐਨੀ ਡਿਗਰੀ ਨਹੀਂ ਐ ਐਨੀ ਐ ਐਨੀ ਇਹ ਜਿਹੜੀ ਡਿਗਰੀ ਹੁੰਦੀ ਹੈ ਨਾ ਇਹਨਾਂ ਦੀ ਡਿਗਰੀ ਉਹ ਅਸਲ ਦੀਨ ਬਦਲਣ ਦੀ ਡਿਗਰੀ ਹੁੰਦੀ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਭਾਈ ਬੰਦਾ ਇਹਨਾਂ ਦੀਆਂ ਬਾਤ ਤਫਸੀਰਾਂ ਐਸੀਆਂ ਨੇ ਓਏ ਹੋਏ 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 ਮਾਲਕ ਮੇਰਾ ਮਾਫ ਕਰੇ ਮਾਲਕ ਮੇਰਾ ਮਾਫ ਕਰੇ ਛੱਡ ਗੱਲ ਦਿਓ ਇਹ ਇੰਜ ਮਲੂਮ ਹੁੰਦਾ ਕਿ ਪਤਾ ਨਹੀਂ ਇਹ ਕੋਈ ਇਸਲਾਮ ਨਾਲ ਦੁਸ਼ਮਣੀ ਤੇ ਫੈਰ ਕਮਾਇਆ ਜਾ ਰਿਹਾ ਹੈ ਹੁਣ ਆਵਾਮ ਵਿਚਾਰੀ ਦਾ ਪਤਾ ਨਹੀਂ ਹੁੰਦੇ ਨਾ ਕੀ ਹੱਥ ਹੁੰਦਾ ਪਿਆ ਆਵਾਮ ਨੇ ਤਾਂ ਇਹੋ ਹੀ ਆਖਣਾ ਯਾਰ ਇਹ ਅੱਠੇ ਟਾਈਮ ਨੂੰ ਕਿਸੇ ਦਿਨ ਤਸਬੀਹ ਹੱਥੇ ਚ ਹੁੰਦੀ ਹੈ ਸਰਕਾਰ ਦੇ ਹਾਂਜੀ ਤੇ ਨਜ਼ਰਾਂ ਥੱਲੇ ਹੁੰਦੀਆਂ ਨੇ ਇਹ ਪਤਾ ਨਹੀਂ ਇਹਦੇ ਅੰਦਰ ਕਿੰਨੇ ਭੰਬੜ ਬਲੇ ਪਏ ਨੇ ਵੀ ਆ ਸਾਰੀ ਦੁਨੀਆ ਮੇਰੀ ਹੋ ਜਾਵੇ ਅੱਛਾ ਜੀ ਅੱਲਾਹ ਪਾਕ ਫਰਮਾ ਰਿਹਾ ਕਿ ਇਹ ਨਬੀ ਪਹੁੰਚਾ ਦਿਓ ਇਹ ਸੁਣਦੇ ਜਾ ਹੁਣ ਗੱਲਾਂ ਅੱਗੇ ਸਾਰੀਆਂ ਮਾਸ਼ਾਅੱਲਾ ਨਾ ਗੱਲਾਂ ਬੜੀਆਂ ਖੁੱਲਣੀਆਂ ਵਾ ਇਨ ਲਮ ਤਾਹਲ ਅਗਰ ਤੁਸੀਂ ਐਵੇਂ ਨਾ ਕੀਤਾ ਨਾ ਕੀਤਾ ਕਿਸੇ ਦੇ ਰੋਹ ਦੇ ਦਬਦਬੇ ਵਿੱਚ ਆ ਗਿਆ ਬਈ ਆ ਤਾਬੂਲਾ ਤੇ ਮੇਰਾ ਚਾਚਾ ਤੇ ਇਹਦਾ ਆਦੇ ਬੁੱਤਾਂ ਦੇ ਵਿੱਚ ਹਾਂਜੀ ਇਹ ਤਾਂ ਆਧ ਵਸੂਲ ਕਰਦਾ ਐਸੇ ਕਿਸੇ ਚੱਕਰਾਂ ਜੇ ਨਹੀਂ ਹੋਣਾ ਫਮਾ ਬਲ ਲਗ ਤਾਰੇ ਸਾਲਾਤਾ ਇਹ ਰੇਂਦਾ ਮਤਲਬ ਹੈ ਤੁਸੀਂ ਅੱਲਾ ਦਾ ਪੈਗਾਮ ਪਹੁੰਚਾਉਗੇ ਹੀ ਨਹੀਂ ਕਿ ਵਿੱਚ ਕੁਛ ਰਹਿਣ ਦਿੱਤਾ ਤਾਂ ਫਿਰ ਇਹਦਾ ਮਤਲਬ ਹੈ ਅੱਲਾ ਦਾ ਪੈਗਾਮ ਨਹੀਂ ਪਹੁੰਚਾਉਗੇ والله یاسم ਕਮਨ الناس ਅੱਲਾ ਤੁਹਾਨੂੰ ਲੋਗਾਂ ਤੋਂ ਬਚਾ ਲਈ ਸੀ ਤੁਹਾਡੇ ਲੱਗੇ ਕਿਸੇ ਨੂੰ ਨਹੀਂ ਆਉਣ ਦੇ ਦਾ ਮਾਲਕ ਤੁਹਾਡੇ ਨਾਲ ਹੈ ਤੇਰੇ ਮਾਲਕ ਦੀ ਤੁਹਾਡੇ ਮਾਲਕ ਦੀ ਨੁਸਰਤ ਮਦਦ ਤੁਹਾਡੇ ਮਾਲਕ ਦੀ ਤੁਹਾਡੇ ਨਾਲ ਬੰਦਾ ਕੋਈ ਨਾ ਨਿਗੇ ਉਸੇ ਤੁਹਾਡੇ ਨੇੜੇ ਨਾ ਸਿੰਘ ਹਾਂਜੀ ਇਨ ਅੱਲਾ ਲਾਇਆ ਦਿਲ ਕੋ ਅਮਲ ਕਾਫਰ ਲੇਕਿਨ ਇਹ ਰੋਲਾ ਰੱਖੋ ਗੱਲਾਂ ਕਰਦੇ ਜਾਓ ਅੱਲਾ ਪਾਕ ਕਾਫਰ ਨੂੰ ਹਦਾਇਤ ਨਹੀਂ ਦਿੰਦਾ ਜ਼ਿੱਦੀ ਤੇ ਹੱਟ ਦਰਮ ਨੂੰ ਇਹ ਜਿਹੜਾ ਜ਼ਿੱਦ ਇਹ ਮੁਸਲਮਾਨ ਜ਼ਿੱਦੀ ਤਾਂ ਹੁੰਦਾ ਹੀ ਨਹੀਂ मुसलमान हट धर्म तो हों ही नहीं मुसलमान मुतकबर तो अच्छा हूँ वेखो ड्रामे इन्होंने वेखो अख़े जी मैं सूफी इजम का काल हूँ मैं बहुत व्डा सूफी हाँ तकबर त्राए किताबा लिखियाँ उसने किसते वह भाई हट आरा तकबर तो फिर तेरे कुरान की बात तुम्हें कबूल कराते तैयार नहीं हो कुरान आखदा भी इस कैनात के निजाम कोई दखील नहीं है वह तो सूफी साहब मन तैयार नहीं हो तकबर तीन तरह किताबा ने खरीदिया ने तेनू मौलवी साहब तेनों सूफी साहब तकबर का पता कि लग्या तकबर आख दे अच्छा जी फरमाया जा रहा है कि कुल ए नबी इन्हों जरा दस दो की दसना या अहल किताब एहले किताब लश तो मलाश है तु कुछ भी नहीं हाँ है। जी ਤੁਸੀਂ ਮੁਸਲਮਾਨ ਕੋਈ ਨਹੀਂ ਜੇ ਤੁਸੀਂ ਕਾਫਰ ਦੇ ਕਾਫਰ ਜੇ ਲਖ ਤੋਂ ਮਲਾਜ ਹੈ ਤੁਸੀਂ ਆਪਦੇ ਆਨੂੰ ਬੜੀਆਂ ਸਰਕਾਰਾਂ ਸਮਝੀ ਕੋਲੋਤੇ ਜੇ ਹਾਂਜੀ ਕਿ ਸਾਡਾ ਤਾਂ ਸਿਰ ਜਾ ਕੇ ਕਿਸ ਦੇ ਨਾਲ ਸਮਾਨਾ ਤੇ ਲੱਗਦਾ ਤੁਸੀਂ ਫਾਰਕ ਜੇ ਲਖ ਤੋਂ ਮਲਾਜ ਹੈ ਜ਼ਰਰੇ ਤੇ ਵੀ ਨਹੀਂ ਜੇ ਕੀਆਂ ਕੀਮੇ ਕਿਵੇਂ ਉਸਣ ਹੱਤਾ ਤੋਂ ਕੀਮਤ ਤਾਂ ਰਾਤਾ ਜਦੋਂ ਤੱਕ ਤੋ ਰਾਤ ਬਲੰਜੀਲ ਅੰਜੀਲ ਨੂੰ ਕਾਇਮ ਨਾ ਕਰੋ انجیل ਨੂੰ ਕਾਇਮ ਕਰਨਾ ਕੀ ਹੈ ਨਬੀ ਆ ਗਿਆ ਹੈ ਮੇਰਾ ਪਿਆਰਾ ਨਬੀ ਆ ਗਿਆ ਹੈ ਤੇ ਹੁਣ ਕੀ ਕਰੋ ਤੁਹਾਡੇ ਇਹ ਜਿਹੜੀਆਂ ਸ਼ਾਨਾਂ ਲਿਖੀਆਂ ਹੋਈਆਂ ਨੇ ਇਹਦੇ ਤੇ ایمان ਲਿਆ ਅੱਗੇ ਸਾਬੇ ایمانੀਆਂ ਕਰ ਲਈਆਂ ਜੇ ਤੇ ਹੁਣ ਬੰਦੇ ਬਣੋ ਤੇ ایمان ਲਿਆਓ ਵਮਾ ਉਨਜ਼ਲੈਕੁਮ ਰਬਕੁਮ ਤੇ ਜਿਹੜਾ ਕੋਈ ਤੁਹਾਡੇ ਰੱਬ ਦੀ ਤਰਫੋਂ ਤੁਹਾਡੇ ਤੇ ਉਤਾਰਿਆ ਗਿਆ ਵਲਾ ਯਜ਼ੀਦਨ ਕਸੀਰਮ ਮਿਨਹਮ ਮਾ ਉਨਜ਼ਲੈਕਾ ਮਰ ਰਬਕਾ ਤੁਗਿਆ ਨਮ ਵਕਫਰਾ ਅਕਸਰੀਅਤ ਦਾ ਜਿਹੜਾ ਹੈ ਤੁਗਿਆਨ ਬਗਾਵਤ ਤੇ ਕਫਰ ਵੱਧ ਸੀ ਕਿਸ ਨੂੰ ਵੇਖ ਕੇ ਆ ਜਿਹੜਾ ਕੋਈ ਤੁਹਾਡੇ ਤੇ ਰਹਿਮਤ ਅੱਲਾ ਦੀ ਹੋਈ ਹੈ ਨਾ ਇਹਨਾਂ ਦੇ ਹੱਕੇ ਬੱਕੇ ਰਹਿ ਗਏ ਨੇ ਉਹ ਅਸੀਂ ਸਾਡਾ ਫਿਰ ਫਲਾਣਾ ਮੌਲਵੀ ਵੀ ਕਾਫਰ ਸਾਡਾ ਫਲਾਣਾ ਮੌਲਵੀ ਵੀ ਮਰਤਦ ਸਾਡਾ ਪੋਪ ਵੀ ਰਗੜਿਆ ਗਿਆ ਹਾਂਜੀ ਉਹ ਇਹਨਾਂ ਦੇ ਕੁਫਰ ਦੇ ਵਿੱਚ ਕੁਰਾਨ ਹੈ ਇਜ਼ਾਫਾ ਹੀ ਕਰਦੀ ਇਹ ਦਾਖ ਦੇ ਨਾ ਕਿ ਅਸੀਂ ਬੜੇ ਰਹਿਬਾਨ ਆ ਤੇ ਬੜੀਆਂ ਹਸਤੀਆਂ ਆ ਇਹ ਕੁਰਾਨ ਨੂੰ ਹੱਕ ਨੂੰ ਪੜ੍ਹ ਕੇ ਕੀ ਅਸੀਂ ਇਹਨਾਂ ਦਾ ਅੰਦਰ ਸੜਨ ਲੱਗ ਜਾਂ ਸੀਗਾ ਹਾਂਜੀ ਫਰਮਾਇਆ ਜਾ ਰਿਹਾ ਕਿ ਫਲਾ ਤਸਲ ਕੌਮ ਅਲ ਕਾਫਰੀ ਐ ਨਬੀ ਜ਼ਰਾ ਫਸੂਸ ਨਹੀਂ ਕਰਨਾ ਕਾਫਰਾਂ ਦੇ ਕਿ ਫਲਾਣਾ ਵੀ ਨਹੀਂ ਮੰਨ ਲੈਂਦਾ ਪਿਆ ਫਲਾਣਾ ਵੀ ਨਹੀਂ ਮੰਨ ਲੈਂਦਾ ਪਿਆ ਫਲਾਣੇ ਘਰ ਦਾ ਵੀ ਬੇੜਾ ਗਰਕ ਹੋ ਗਿਆ ਫਲਾਣੇ ਦਾ ਵੀ ਗਰਕ ਹੋ ਗਿਆ ਨਹੀਂ ਕਿਸੇ ਕੋਲ ਇਹ ਅੱਲਾ ਦਾ ਕੰਮ ਹੈ ਕਿਸੇ ਨੂੰ ਹਦਾਇਤ ਦੇਵੇ ਕਿਸੇ ਨੂੰ ਨਾ ਦੇਵੇ ਇਹਦੇ ਵਿੱਚ ਤੁਹਾਡਾ ਮਸਲਾ ਨਹੀਂ ਹੈ ਇਨ ਲਜ਼ੀਨਾ ਅਮਨੂ ਵਲਜ਼ੀਨਾ ਹਾਦ ਜਿਹੜੇ ਮੂਮਨ ਨੇ ਜਿਹੜੇ ਯਹੂਦੀ ਨੇ ਵਸਾਬੇ ਉਹਨਾਂ ਸਾਬੀ ਵਨਸਾਰਾ ਤੇ ਨਸਾਰਾ ਇਸਾਈ ਮਨ ਅਮਨ ਬਿੱਲਾਹ ਵਲਯੌਮਿਲ ਆਫ ਜਿੰਨੇ ਈਮਾਨ ਲਿਆਂਦਾ ਅੱਲਾ ਤੇ ਤੇ ਆਖਰਤ ਦੇ ਦਿਨ ਤੇ ਕੀ ਆਖਰ ਦਿਨ ਸਾਡਾ ਆਖਰਤ ਦੇ ਦਿਨ ਤੇ ਵੀ ਈਮਾਨ ਹੈ ਤੇ ਅੱਲਾ ਦੇ ਵੀ ਈਮਾਨ ਹੈ ਲੇਕਿਨ ਕੀ ਹੈ તેને એક ਨੇ কবরਾਂ ਵਾਲਿਆਂ ਕੋਲ 60 કોણ ਕੀ ਹੁੰਦਾ ਹੈ ਬਲੀ ਕੋਲ ਕੀ ਹੁੰਦਾ ਹੈ ਇੱਕ ਇਖਤਿਆਰ ਹੁੰਦਾ ਸਦੀਕ ਕੋਲ ਕੀ ਹੁੰਦਾ ਹੈ ਇਖਤਿਆਰ ਹੁੰਦਾ ਕਨਾਤ ਦੇ ਵਿੱਚ ذخیل ہو ਸਕਦੇ ਨੇ ਤੇ مسلمانਾਂ ਦੇ ਤਾਂ پوری لڑੀ ہے ਇਕੱਲਾ ਗੌਸ ਕਿੱਥੇ ਰਹਿ ਗਿਆ پوری لڑੀ ہے ਵਲੀ ਨੁਜਬਾ ਨੁਕਬਾ ਸੋਵਰੀ ਮੰਗੜਾਏ ਨੇ 우ਮਰ ਅਬਦਾਲ ਕਤਬ ਗੌਸ ਇਹ ਪੂਰੀ ਲੜੀ ਐਨਾ ਇਖਤਿਆਰ ਐਨਾ 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 ਸਾਰੀ ਕਨਾਤ ਤੇ ਗੌਸ ਦਾ ਇਖਤਿਆਰ ਚੱਲਦਾ ਪਿਆ ਆਪੇ ਸਾਹ ਲਾ ਲਾ ਹੁਣ ਇੰਨਾ ਬੰਦਿਆਂ ਨੂੰ ਕੀ ਆਖਸੋ ਬਈ ਇਹ ਦੀਨ ਦੀ ਖਿਦਮਤ ਕਰਦੇ ਪੈਣ ਹਾਂਜੀ ਮਨ ਆਮਨ ਬਿੱਲਾਹ ਵਲੀ ਉਮਰ ਆਖਰ ਅੱਲਾਹ ਤੇ ਇਮਾਨਦਾਰ ਹੋਣਾ ਹੈ ਅੱਛਾ ਤੁਸੀਂ ਮੈਨੂੰ ਦੱਸੋ ਬਈ ਇਹ ਯਹੂਦ ਨੇ अल्लाह का इनकार किया तो मुश्कर मुशरक ठहरे और यूद ने अलाबिया को रखे तो मुशरक ठहरे नबिया को नैब बनाया तो मुशरक ठहरे ईसाई क्यों मुशरक ठहरे ईसाइया ने नबिया को अल्लाह नैब रख्या मुशरक ठहरे मौलविया ने नहीं दतना हूँ इन्हों पता नहीं पता है कि नहीं है ये अल्लाह बेहतर जानता अच्छा जी आखरत दिन तो ईमान हैं जी ਇਹ ਆਖਰਤ ਦੇ ਦਿਨ ਤੇ ایمان ਅੱਛਾ ਕਦੋਂ ਜ਼ੀਰੋ ਹੋ ਜਾਂਦਾ ਜੀ ਜਦੋਂ ਇਹ ਹੋਵੇ ਭਾਈ ਸਾਡੇ ਨਬੀ ਨੇ ਆਖਿਆ ਮੈਂ ਹੀ ਉੱਥੇ ਹੋਣਾ ਸਾਰਾ ਹਿਸਾਬ ਕਿਤਾਬ ਮੈਂ ਹੀ ਲੈਣਾ ਹੈ ਇਬਰਾਹਿਮ ਅਲੈਹਿਸਲਾਤੋਸਲਮ ਆਖ ਕੇ ਕਹਿੰਨੇ ਕਿ ਖਤਨਾ ਚੈੱਕ ਹੋਣਾ ਹੀ ਉਹਦੀਆਂ ਦਾ ਸਿਰ ਉਹ ਮੈਂ ਉੱਥੇ ਕਰ ਲੈ ਸੰਗ ਤੇ ਬਾਕੀ ਖੈਰ ਉਹ ایمان ਰਹਿ ਗਿਆ ਜਿਸ ਦਾ ਆਇਕ ਇਦਾ ਬੇਈਮਾਨ ਦਾ ਉਹ ਸੂਦ ਨਾ ਖਾਸੀ ਤੇ ਹੋਰ ਕੀ ਕਰਸੀ ਉਹ ਪੂਰੀ ਦੁਨੀਆ ਦਾ ਮਾਲ ਨਾ ਖਾਸੀ ਤੇ ਮੋੜ ਉਹ ਸਰਕਾਰਾਂ ਦੀਆਂ ਸਰਕਾਰਾਂ ਵੀ ਨੇ ਪੂਰੀ ਦੁਨੀਆ ਵਿਚਾਰੀ ਦਾ ਸੂਦੇ ਤੇ ਲਪੇਟ ਕੇ ਤੇ ਉਹ ਅੱਜ ਉਹ ਹੈ ਹਾਂਜੀ ਉਹ ਬੜੇ ਬਣੇ ਹੋਏ ਨੇ ਭਾਈ ਅਸੀਂ ਤਾਂ ਨਾ ਹਦਾਇਤ ਅੱਲਾਹ ਪਾਕ ਦੀ ਆਮ ਕਰ ਰਹੇ ਹਾਂ ਅੱਛਾ ਜੀ ਫਲਾ ਹੋਹਨ ਅਲੈਹਿਮ ਵਲਾਮ ਯਾਜ਼ਨੂਨ ਜਿਹੜਾ ਅੱਲਾਹ ਤੇ ਮੰਨ ਲਿਆ ਉਸੇ ਆਖਰਤ ਤੇ ਮੰਨ ਲਿਆ ਉਸੇ ਜ਼ਾਰੀ ਬਾਤ ਹੈ ਜਿਸ ਦਾ ਆਖਰਤ ਤੇ ਇਮਾਨ ਹੈ ਉਹ ਤਾਂ ਫੂਕ ਫੂਕ ਕੇ ਕਦਮ ਰੱਖ ਸੀਗਾ तो जो फूक फूक के कदर अला फिर जजाक ही दे ला खौफ हो न अलहम वलाम यादन ना उससे खौफ होना है तो ना कोई गम होना है लकद अख़ज़ ना नामी सा बनी इसराइला सानू सोए साढ़े जलाल दी असी वादा लिया बनी इसराइल को मुआहदा किया बनी इसराइल दे सलना अलहम रसोला और रसूल बेजे इन्ह की तरफ कु लम्मा जा रसूलों ਜਦੋਂ ਵੀ ਕੋਈ رسول ਆਇਆ ਬਿਮਾਲਾ ਤਾਹਵਾਨ ਫਸੋਂ ਇਹਨਾਂ ਦੇ ਖਾਸ਼ਾਂ ਦੇ ਮੁਤਾਬਕ ਨਹੀਂ ਅੱਛਾ ਜੀ ਐਂ ਕਰੋ ਜੀ ਅ ਹਜ਼ਰਤ ঈਸਾ ਨੂੰ ਸਮਝਾਉਣ ਲੱਗ ਗਏ ਮੌਲਵੀ ਇਕੱਠੇ ਹੋ ਕੇ ਆ ਗਏ ਤੇ ਹਜ਼ਰਤ ঈਸਾ ਨੂੰ ਸਮਝਾਉਣ ਲੱਗ ਅ ਜੀ ਤੁਹਾਡੇ ਹਵਾਰੀ ਅਖੇ ਰੋਟੀ ਖਾਣ ਲੱਗੇ ਨੇ ਨਾ ਹੱਥ ਨਹੀਂ ਧੋਤੀ ਹੱਥ ਨਹੀਂ ਧੋਤੇ ਉਹਨਾਂ ਗਾ ਜਾਂਦੀ ਕਰ ਅ ਬੈਡਿਆਂ ਹਾਲੀ ਤੱਕ ਦਾ ਮੈਂ ਆ ਵਿੱਚ ਮੈਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਵੀ ਕਿਵੇਂ ਕਰਨਾ ਤੇ ਕਿਵੇਂ ਨਹੀਂ ਕਰਨਾ ਹਾਂਜੀ ਤੁਸੀਂ ਇਹ ਇਹੋ ਜਿਹੇ ਸਬਕ ਬੜੇ ਪੜਾਉਂਦੇ ਜੇ ਤੇ ਬੇਵਾਨਾਂ ਦੇ ਘਰਾਂ ਤੇ ਕਬਜ਼ੇ ਕਰ ਲੈਂਦੇ ਹੋ ਯਤੀਮਾਂ ਦੇ ਮਾਲ ਖਾ ਜਾਂਦੇ ਜੇ ਹਾਂਜੀ ਜਿਹੜਾ ਅਦਲ ਜਾਂ ਨੇ ਉਹਦੇ ਨੇੜੇ ਵੀ ਨਹੀਂ ਜਾਂਦੇ ਜੇ ਅ ਹਜ਼ਰਤੀ ਸਰ ਪੜਾ ਰਹੇ ਨੇ ਮੌਲਵੀ ਪੜਾ ਰਿਹਾ ਹੈ ਅੱਛਾ ਜੀ ਜਿਹੜਾ ਤੁਹਾਡੀ ਖਾਸ਼ਾਂ ਦੇ ਮੁਤਾਬਕ ਨਹੀਂ ਚੱਲਦਾ ਨਾ ਉਹ ਮੰਦੇ ਉਹਨ ਮੰਦਾ ਹੀ ਨਹੀਂ ਹੈ ਫਰੀਕਨ ਕਜ਼ਬੂ ਇੱਕ ਫਰੀਕ ਨੂੰ ਝੁਟਲਾ ਦਿੰਦੇ ਜੇ ਵਾ ਫਰੀਕਨ ਯਕਤਲੂ ਇੱਕ ਫਰੀਕ ਨੂੰ ਕਤਲ ਕਰ ਦੇ ਜੇ ਹਜ਼ਰਤ ਜ਼ਿਕਰੀਆ ਦਾ ਕੀ ਕਸੂਰ ਆ ਕਿ ਉਹਨਾਂ ਦੇ ਪੁੱਤਰ ਨੇ ਇੱਕ ਰੰਡੀ ਦੀ ਖਾਇਸ਼ ਨਹੀਂ ਪੂਰੀ ਕੀਤੀ ਆਈ ਹਜ਼ਰਤ ਯਾਹਯਾ ਨੇ ਇੱਕ ਰੰਡੀ ਦੀ ਖਾਇਸ਼ ਨਹੀਂ ਪੂਰੀ ਕੀਤੀ ਹਜ਼ਰਤ ਯਾਹਯਾ ਨੇ ਤੇ ਸ਼ਹੀਦ ਦੋਵੇਂ ਪਿਓ ਪੁੱਤਰ ਹੋ ਗਏ ਹਾਏ ਹਾਏ ਹਾਂਜੀ यही हो जी बेईमान कौम है हाले अस बड़ा चा बनी इसराइल में तस्लीम करिए बनी इसराइल इसराइल नस्लीम करिए अच्छा जी फरमाया जा रहा है वहासे बो अच्छा फिर उतू सोचते की तो लात गुना फ इतना साजमायश होनी नहीं अच्छी बड़ी लाडली कौम सा अजमायश की होनी आह मुसलमान प्रवाना लाई फिर जे एना तो इष्टाम जे बेचने ਅੱਜ ਤੂੰ ਜਿਹੜੇ ਮਰਦੀ ਪੀਰ ਕੋਲ ਲਖਾ ਲੋ ਯਾਰ ਮਾੜਾ ਜਿਹਾ ਇਸ਼ਤਿਹਾਮ ਕਰ ਦੇਵੀਂ ਯਾਰ ਉਹ ਅੱਛਾ ਜੀ ਇੱਕ ਸਰਕਾਰ ਮੈਨੂੰ ਆਖਣ ਲੱਗੀ ਯਾਰ ਤੁਸੀਂ ਮੇਰਾ ਧਿਆਨ ਨਹੀਂ ਰੱਖਦੇ ਹੋ ਆਖਰਤ ਦੇ ਵਿੱਚ ਤਾਂ ਫਿਰ ਫੈਸਲਾ ਸਾਡੇ ਹੱਥੇ ਚ ਹੀ ਹੋਣਾ ਮੈਂ ਕਿਹਾ ਮਾਰ ਗਤੋਈ ਹਾਂਜੀ ਤੇ ਸੁਣੀ ਜਾ ਫਾ ਮੂ ਬਸਮੂ ਹਾਂਜੀ ਅੰਨੇ ਹੋ ਗਏ ਤੇ ਦੋ ਰਹੇ ਹੋ ਹਾਂਜੀ ਸੁਮਤਾਬ ਅੱਲਾ ਵਾਲਾ ਹੈ ਫਿਰ ਅੱਲਾਹ ਨੇ ਮਿਹਰਬਾਨੀ ਕੀਤੀ ਸੁਮਾ ਮੂ ਵਸਮ ਫਿਰ ਅੰਨੇ ਤੇ ਡੋਰੇ ਹੋ ਗਏ ਕਸੀਰ ਮੈਨੂੰ ਮਖਸਰੀਅਤ ਇਹਨਾਂ ਦੀ ਵਲ੍ਲਾਹ ਬਸੀਰੁ ਬਿਮਾ ਯਾਮਨ ਅੱਲਾਹ ਪਾ ਕੇ ਜਿਹੜਾ ਕੁਛ ਕਰਦੇ ਨੇ ਉਹਨੂੰ ਜਾਣਦਾ ਅੱਛਾ ਜੀ ਇਹ ਦੋ ਅਦਵਾਰ ਦਾ ਜ਼ਿਕਰ ਇਹਦੇ ਵਿੱਚ ਉਹ ਜਿਹੜਾ ਇਹ ਬਿਲਕੁਲ ਮੁਸ਼ਰਕ ਇਹਦੇ ਨਾਲ ਲੱਗ ਆ ਸਾਡੇ ਵੀ ਕਦੇ ਆ ਮੌਲਵੀ ਤਾਰਿਕ ਜਮੀਲ ਸਾਹਿਬ ਗਿਆ ਖਲੋਤੇ ਨੇ ਉੱਥੇ ਜਿੰਮੀ ਪਾ ਕੇ ਨਾ ਹਾਂਜੀ ਤੇ ਪਾਲਕੀ ਤੇ ਜਾ ਕੇ ਤੇ ਉੱਥੇ ਲੰਗਰ ਖਾਂਦੇ ਪਏ ਨੇ ਅੱਪੇ ਸਾਬ ਲਾਲਾ ਮੈਂ ਰੋਨਾ ਬਿਸ਼ਰਕ ਹਾਂ ਆਪਾ ਅਸੀਂ ਰੋਨੇ ਆ ਬਈ ਯਾਰ ਕੁਰਾਨ ਹਰ ਸ਼ਰਕ ਆਖਦਾ ਪਿਆ ਹਾਂਜੀ ਤੇ ਜਿਨ੍ਹਾਂ ਨੇ دین ਫਲਾਉਣਾ ਉਹ ਪਾਲਕੀਆਂ ਨੂੰ ਮੋਢੇ ਦੇਂਦੇ ਫਿਰਦੇ ਜੇ ਉਹਨਾਂ ਦੇ ਕੋਲ ਉਹ ਚਾਦਰਾਂ ਚੜਾਉਂਦੇ ਫਿਰਦੇ ਹਾਂ ਨਹੀਂ ਯਹਾਂ ਚਾਹੀਦਾ ਹਾਂਜੀ ਉੱਥੇ अच्छा भाई करो वशावा शाबाश शाबाश हां जी ओသမیدہ કે ਜਿਵੇਂ ਇੱਥੇ ਮੈਂ ਰੋਕ ਕੇ ਤੇ ਦੁਨੀਆ ਨੂੰ পাগল ਬਣਾ ਲਈ ਨਾ ਨਾ ਉਹਦੇ ਵੀ ਮੈਂ ਉਹਨੂੰ ਕਿਸੇ ਤਰ੍ਹਾਂ ਮੇਰੀ ਬੜੀ ਸ਼ਾਨ ਹੋਣੀ ਹੈ ਮੈਂ ਤਾਂ ਜੀ ਟੁਰਦਿਆ ਜਾਣਾ ਤੇ ਇੱਥੇ ਵੀ ਬਰਿਸ਼ਤੇ ਹੋਣੇ ਨੇ ਇੱਥੇ ਵੀ ਉਹਨਾਂ ਬੰਦੇ ਹਟਾਈ ਜਾਣਾ ਤਾਰੰਗ ਜਮੀਲਾ ਰਿਆ ਤਾਰੰਗ ਜਮੀਲਾ ਰਿਆ ਹਟੋ 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 ਤੇ ਮੇਰੀ ਵਾਰੀ ਜਿਹੜੀ ਪੁਲਿਸ ਰਾਤ ਦੇ ਨਾ ਉਹ ਤਾਂ ਇੱਕ ਲੰਮੀ ਸ਼ਰਾਹ ਬਣ ਜਾਣੀ ਹੈ ਤੇ ਮੈਂ ਇੱਕ ਸੈਕਿੰਡ ਵਿੱਚ ਗੁਜ਼ਰ ਜਾਣਾ ਬਿਜਲੀ ਤਰ੍ਹਾਂ ਇਵੇਂ ਇਵੇਂ ਸੋਚਦੇ ਫਿਰਦੇ ਜਮਾਲਵੀ ਸਾਹਿਬ ਹੈ ਤੁਹਾਡਾ ਹੀ ਸਾਹਿਬ ਕਿਤਾਬ ਐਵੇਂ ਹੋਣਾ ਹੈ ਅੱਛਾ ਜੀ ਐ ਹੁਣ ਸੁਣਦਾ ਜਾ ਵੱਲਾ ਬਸੀਰ ਲਕਾਦ ਕਾਫਰ ਲਜ਼ੀਨ ਐ ਹੁਣ ਸੁਣੋ ਅਫੇ ਜੀ ਫਲਾਣੇ ਨੂੰ ਵੀ ਕੁਝ ਨਾ ਆਖਿਆ ਕਰੋ ਫਲਾਣੇ ਨੂੰ ਵੀ ਕੁਝ ਰੱਖ ਐ ਜਿਹੜਾ ਵਿਚਲੀ ਚਾਲ ਵਾਲਾ ਬੰਦਾ ਹੈ ਨਾ ਮਨਾਹਕ ਯਕੀਨ ਕਰੋ ਇਹ ਉਲਟਾ ਗੱਲ ਨੂੰ ਰੋਲ ਗੋਲ ਕਰ ਰਿਹਾ ਬਈ ਕਿਸੇ ਦੀ ਬਾਤ ਸਮਝੇ ਚ ਨਾ ਆਵੇ ਇਹਨੇ ਰਾਤ ਮੁਹੱਬਤ ਦਾ ਜ਼ਹਰ ਕੀ ਕਰ ਰਿਹਾ ਏ ਇਹ ਇੱਕ ਬੰਦਾ ਸ਼ਰਕ ਕਰਦਾ ਪਿਆ ਮੈਨੂੰ ਇਹ ਦੱਸੋ ਜੇ ਭਾਵੇਂ ਮੇਰਾ ਅੱਬਾ ਸ਼ਰਕ ਕਰਦਾ ਪਿਆ ਤੇ ਮੈਂ ਉਹਨੂੰ ਕੀ ਆਖਾਂ ਕੋਈ ਨਹੀਂ ਅੱਬਾ ਯਾਰ ਥੋੜਾ ਜਿਹਾ ਧਿਆਨ ਕੀਤਾ ਕਰ ਹਾਂਜੀ ਤੇ ਜ਼ਿਆਦਾ ਨਾ ਮੰਗੇ ਮੰਗੇ ਨਾ ਕਰ ਚਲੋ ਇੰਜ ਕਰ ਲਿਆ ਗਾ ਇੰਜ ਕਰ ਲਿਆ ਕਰ ਤੇ ਉਹ ਨੂੰ ਕੁਛ ਨਾ ਆਖ ਅੱਬੇ ਨੂੰ ਤੂੰ ਨਾ ਆਖ ਬਈ ਅੱਬਾ ਤੂੰ ਇਹ ਸ਼ਿਰਕ ਕਰਦਾ ਪਿਆ ਤੇ ਤੂੰ মুশরিক ਕਹਤੇ ਹਮੇਸ਼ਾ ਜਨਮ ਵਿੱਚ ਰਸ ਹੈ ਇਹ ਨਹੀਂ ਦੱਸਣਾ ਜ਼ਾਇਦਾ ਮੈਨੂੰ ਉਹ ਮੈਂ ਅੱਬੇ ਨਾਲ ਹਮਦਰਦੀ ਕੀ ਕਰ ਰਿਹਾ ਮੈਂ ਅੱਬੇ ਨਾਲ ਮੁਹੱਬਤ ਕੀ ਕਰ ਰਿਹਾ ਮੈਂ ਤਾਂ ਹਾ ਬੇਡੂ ਤੇ ਬੇਡੂ ਵਾਲਾ ਕੰਮ ਕਰਦਾ ਪਿਆ ਸਹੀ ਆ ਫਰਮਾਇਆ ਜਾ ਰਿਹਾ ਲਕਦ ਕਾਫਰ ਅਲਲਜ਼ੀਨਾ ਸਾਨੂੰ ਸੋ ਹੈ ਕੀ ਹੋਇਆ काफर होगा गया जिन्ना की आख्या काल हुए नल्ला हो वल मसीह इबन मरियम हाँ जी मसीह इबन मरियम है मजहर खुदा है कि उन्हें आख्या और मजहर खुदा काल हुए नल्ला हो वल मसीह इबन मरियम है अल्लाह है मसीह इबन मरियम है हाँ ये मजहर नूर खुदा है मजहर खुदा है खुदा ने ਆਖਿਆ ਕਿ ਇਸ ਕੌਮ ਦੇ ਗੁਨਾਹ ਬਖਸ਼ੇ ਜਾਵਣ ਉਹਨੇ ਆਪਣੇ ਕੱਲੇ ਬੇਟੇ ਦੀ ਕੁਰਬਾਨੀ ਦਿੱਤੀ ਤੇ ਉਸ ਇਨਸਾਨ ਦੀ ਚੱਕਲੇਂ ਬੇਸ ਬਦਲ ਕੇ ਸਾਹਮਣੇ ਲੈ ਆਂਦਾ ਗੱਲ ਪੱਲੇ ਪਈ ਏ ਤੇ ਆਪਣੇ ਕਿੰਨੇ ਕੀਰ ਆਏ ਉਹਨੇ ਬੇਸ ਬਦਲ ਕੇ ਕਿਸੇ ਮਜ਼ਰੇ ਖੁਦਾ ਲਿਖਿਆ ਕਿਦਰੇ ਵੇਖੇ ਨੂਰੇ ਖੁਦਾ ਆਇ ਜ਼ਹਾਰ ਹੁੰਦਾ ਗੱਲ ਪੱਲੇ ਪੈ ਗਈ ਮਜ਼ਰੇ ਖੁਦਾ ਖੁਦਾ ਦਾ ਇਜ਼ਹਾਰ भाई इन्ना बेवकूफ बनाओ हाँ जी कि कोई आवाज ना उठा सके बजाय इसके बाद खुद शर्मिंदा शर्मिंदा हो वाखिर दावाना ना अनिलहमद ला रब